ਪੁਰਾਣੇ ਰਿਵਾਜ਼ ਚ ਉਹਦੇ ਕੁੰਡ ਕੱਢਦੇ ਹੁੰਦੀ ਕੁੰਡ ਕੱਢ ਕੇ ਹੀ ਜਾਂਦੀ ਹੁੰਦੀ ਨੰਦਾ ਦੇ ਵੀ ਕੁੰਡ ਕੱਢਦੀ ਉਹ ਬੈਠਣ ਦੇ ਜੋ ਨੰਦਾ ਵੇਲੇ ਜਦੋਂ ਅਸੀਂ ਬੱਸ ਚ ਆਏ ਉਦੋਂ ਵੀ ਮਗਰ ਪੜਦਾ ਲਾਇਆ ਹੁੰਦਾ ਵੀ ਮਗਰ ਦੂਆ ਨੂੰ ਦੇਖੇ ਨਾ ਕੋਈ ਚੀਜ਼ ਫਿਰ ਤਾਂ ਬੇਬੇ ਸੋਨੂੰ ਘਰੇ ਆ ਕੇ ਪਤਾ ਲੱਗਿਆ ਹਾਂ ਮੁੰਡੇ ਦੇ ਵਿੱਚ ਕੋਈ ਕਸਰ ਹੈ ਉਹ ਲੜਕੀਆਂ ਉੱਥੋਂ ਦੀਆਂ ਫਿਰ ਉਹ ਲੱਕ ਲੁੱਕ ਮਿਣਦੀਆਂ ਉਹ ਟੋਟਾ ਲੈਂਦੀਆਂ ਸਾਰਾ ਕੁਛ ਉਹ ਕਹਿੰਦੀ ਨਹੀਂ ਫਿੱਟ ਫਾਟ ਹੈ ਠੀਕ ਠਾਕ ਹੈ ਇਹ ਵੀ ਸਿਸਟਮ ਹੁੰਦਾ ਸੀ ਇਹ ਵੀ ਸਿਸਟਮ ਹੁੰਦਾ ਸੀ ਦੋਹਾਂ ਕਲਗੀ ਲਾ ਕੇ ਉਹ ਹਾਂ ਪਰ ਹੁਣ ਤਾਂ ਸਰਵਾਲੇ ਦੇ ਹੁਣ ਵੀ ਲੱਗੀ ਹੁੰਦੀ ਆ ਕਲਗੀ ਉਹ ਉਹਦੇ ਸਿਰ ਤੇ ਵੀ ਹੱਥ ਧਰੀ ਜਾਂਦੇ ਆ ਕੋੜੇ ਪਰਾਉਣਾ ਤਾਂ ਸੋਹਣਾ ਹੈ ਉਹ ਕਹਿੰਦਾ ਵੀ ਮੈਂ ਨੀ ਹੈਗਾ ਪਰਾਉਣਾ ਤਾਂ ਇਹ ਹੈ ਬੁੜੀਆਂ ਨੂੰ ਬਰਾਬਰ ਲਿਜਾਂਦੇ ਨੀ ਦੂਜੀ ਗੱਲ ਇਹ ਸੀ ਅੱਗੇ ਉੱਠ ਘੋੜਿਆਂ ਦੇ ਬਰਾਤਾਂ ਜਾਂਦੀਆਂ ਉੱਥੇ ਬੰਦੇ ਹੀ ਚੜ੍ਹਦੇ ਉੱਠ ਘੋੜਿਆਂ ਤੇ ਬਸ ਉਹਨੂੰ ਜਿਹੜੇ ਬਿਓਲੀ ਨੂੰ ਉਹਨੂੰ ਰੱਥ ਚ ਲਿਆਉਂਦੇ ਉਹਨੂੰ ਉਸ ਘੋੜੇ ਤੇ ਨਹੀਂ ਚੜ੍ਹਾਉਂਦੇ ਤੇ ਉਹਨਾਂ ਨੂੰ ਰੱਥਾਂ ਚ ਲਿਆਉਂਦੇ ਬਸ ਆਹੀ ਕੰਮ ਤੇ ਵੀ ਬੁੜੀਆਂ ਨੂੰ ਤਾਂ ਨਹੀਂ ਲਿਜਾਂਦੇ ਤੇ ਮੇਰਾ ਆਰ ਟੀ ਆਈ ਨਾਲ 5 ਮਿੰਟ ਦਾ ਹਿਸਾਬ ਆਉਂਦਾ ਅੱਛਾ 5 ਮਿੰਟਾਂ ਦਾ ਲੱਖ ਦਾ ਹੋਵੇ 2 ਲੱਖ ਦਾ ਹੋਵੇ 4 ਦਾ ਹੋਵੇ 5 ਦਾ ਹੋਵੇ 5 ਮਿੰਟਾਂ ਦਾ ਹਿਸਾਬ ਮੇਰਾ ਕਲਾਕਾਰ ਪ੍ਰਕਾਸ਼ ਕਰ ਸੋਢੀ ਤੇ ਜੋੜੀ ਘੋੜੀ ਨਾਲ ਹੋਇਆ ਦੀ ਵਿਆਹ ਜੋੜੀ ਘੋੜੀ ਦਿੱਤੀ ਘੋੜੀ ਜੋੜੀ ਵਿਆਹ ਚ ਮੈਨੂੰ ਹਾਂ ਬਈ ਬੱਸ ਗਈ ਦੀ ਟਰੱਕ ਗਿਆ ਦੀ ਕੱਪੜਿਆਂ ਜੀਬ ਗਈ ਦੀ ਰਾਤ ਚੱਕ ਅਲੀ ਸ਼ੇਰ ਨੇੜੇ ਜੀ ਉਹ ਬਾਗਾ ਆਪਣਾ ਆਪਣਾ ਕੀ ਵੱਜਦਾ ਪਿੰਡ ਆਂਡੇ ਵਾਲੀ ਗੋਲੇ ਸਹੁਰੇ ਭੁੱਲ ਗਏ ਸਹੁਰੇ ਨੀ ਆਂਡੇ ਵਾਲੀ ਗੋਲੇ ਮੈਂ ਤਾਂ 10 ਪੜਿਆ ਹੋਇਆ ਅੱਛਾ ਉਹਨਾਂ ਟਾਈਮਾਂ ਦੇ ਵਿੱਚ 10 ਵੀ ਬਹੁਤ ਹੁੰਦੀਆਂ ਸੀਗੀਆਂ ਅੱਜ ਦੀ BA ਬਰਾਬਰ ਸੀ BA MA ਬਰਾਬਰ ਹਾਂ ਵੱਧਾ ਬਹੁਤ ਜ਼ਿਆਦਾ ਪੜ੍ਹਾਈ ਤਰੱਕੀ ਵਾਲੀ ਸੀ ਉਦੋਂ ਤਾਂ ਲਾਲਚ ਤਾਂ ਹੁਣ ਤਾਂ ਸੌਦੇਬਾਜ਼ੀਆਂ ਨੇ ਹੁਣ ਤਾਂ ਬਹੁਤ ਜ਼ਿਆਦਾ ਸੌਦੇਬਾਜ਼ੀਆਂ ਹੋਣ ਲੱਗ ਗਈਆਂ ਹੁਣ ਤਾਂ ਪੁੱਤ ਵੇਚਣਾ ਹੈ ਹੁਣ ਤਾਂ ਐਂ ਵੀ ਮੇਰਾ ਪੁੱਤ ਆ ਹੈ ਭਾਈ ਇੰਨੀ ਇਹਦੀ ਕੀਮਤ ਹੈ ਉਹ ਅਗਲੀ ਵੀ ਕਹਿੰਦੀ ਅੱਛਾ ਤੂੰ ਮੈਨੂੰ ਲੈ ਜਾਏਗਾ ਅੱਛਾ ਫਿਰ ਤੂੰ ਮੈਨੂੰ ਲਿਜਾ ਕੇ ਮੈਂ ਤਾਂ ਆਹ ਕੁਛ ਕਰਦੀ ਹੁੰਦੀ ਆ ਇੰਨਾ ਕੁਛ ਮੇਰਾ ਖਰਚਾ ਹੈ ਤੂੰ ਜੇ ਚੱਲ ਲੇਗਾ ਤਾਂ ਦੇਖ ਲੈ ਅਜਮੇ ਹੁਣ ਕਹਿੰਦੇ ਨੇ ਵੀ ਜੇ ਮੈਂ 1.25 ਲੱਖ ਦੇ ਸੂਟ ਪਾਉਣੀ ਆ ਤੇ ਚੱਲ ਲੇਗਾ ਤਾਂ ਦੇਖ ਲਾ ਉਹ ਕਹਿੰਦਾ ਮੇਰੇ 28 ਕਿੱਲੇ GT ਰੋਡ ਤੇ ਉਹ ਵਿਚੋਲਾ ਬੋਲਦਾ ਜਿਹੜਾ ਵਿਚੋਲੇ ਨੇ ਕਰਾਇਆ ਜੀ ਕਹਿੰਦਾ ਤੂੰ ਕੰਮ ਲਿਓ ਯਾਰ ਤੁਹਾਡੇ ਵਾਸਤੇ ਤਾਂ ਆਹ ਛਾ ਹੋਇਆ ਉਹਨੂੰ ਪਤਾ ਨੀ ਜੀ ਉਹ ਜਦੋਂ ਭਾਈ ਉਹ ਤਾਂ ਅਸੀਂ ਤਾਂ ਪੁਰਾਣੇ ਜਿਹੇ ਤੇ ਬਹਿ ਗਏ ਉਹ ਬਹਿ ਗਿਆ ਉਹ ਤੇ ਉਸ ਤੇ ਉਹਦੇ ਟੰਗਾ ਸਿਰ ਤਾਹਾਂ ਲੱਤਾਂ ਟਾਂ ਬੱਚਾ ਛੱਟੂਆ ਥੱਲੇ ਜਾ ਲੱਗਿਆ ਉਹਦਾ ਮੰਟ ਗਿਆ ਗਾਲ ਦੇਣ ਉਹਨਾਂ ਨੂੰ ਬਾਪੂ ਜੀ ਕਿੰਨੀ ਉਮਰ ਹੋ ਗਈ ਤੁਹਾਡੀ 81 ਕਿੰਨਾ ਪੜ੍ਹੇ ਹੋ 10 ਮੋੜੋ ਦਾ ਜੀ ਜੇ 5 ਬੰਦਾ ਪੜ੍ਹ ਜਾਂਦਾ ਕਾਨੂੰ ਕੋ ਪਟਵਾਈ ਲੱਗ ਜਾਂਦਾ ਅੱਜ ਡਿਗਰੀਆਂ ਕਰਕੇ ਵੀ ਨਹੀਂ ਲੱਗਦੇ ਨਹੀਂ ਲੱਗਦੇ ਜੀ ਮੈਂ ਐਡਾ ਹੋ ਗਿਆ ਜੀ ਹੁਣ 81 ਸਾਲ ਦਾ
ਮੈਂ ਦੁੱਧ ਚ ਪਾ ਕੇ ਮਿੱਠਾ ਨੀ ਕਦੇ ਪੀਤਾ, ਕਦੇ ਵੀ ਮੇਰੇ ਹੁਣ ਵੀ ਫਿੱਕਾ ਪੀਊਂ। ਦੁੱਧ ਤਾਂ ਮਿੱਠਾ ਹੀ ਹੁੰਦਾ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸੇਵਕ ਸਿੰਘ, ਤੁਸੀਂ ਜੁੜੇ ਹੋ ਸਰਲੇਖ ਸੱਥ ਦੇ ਨਾਲ। ਅਕਸਰ ਤੁਸੀਂ ਸਰਲੇਖ ਜ਼ਰੀਏ ਬਹੁਤ ਸਾਰੀਆਂ ਵੀਡੀਓ ਤੁਸੀਂ ਸਰਲੇਖ ਸੱਥ ਪ੍ਰੋਗਰਾਮ ਦੇ ਵਿੱਚ ਦੇਖੀਆਂ ਨੇ, ਜਿਨ੍ਹਾਂ ਦੇ ਵਿੱਚ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਬਜ਼ੁਰਗਾਂ ਨੇ ਆਪਣੇ ਸਮਿਆਂ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇਗੀਆਂ। ਹਾਸੇ ਠੱਠੇ ਮਜ਼ਾਕ ਉਸ ਸਮੇਂ ਦੇ ਜਿਹੜੇ ਹੁੰਦੇ ਸੀਗੇ, ਬਚਪਨ ਦੀਆਂ ਖੇਡਾਂ, ਜਵਾਨੀ, ਅਤੇ ਹੁਣ ਬੁਢੇਪੇ ਦੇ ਵਿੱਚ ਜਿਹੜਾ ਸਮਾਂ ਗਾ ਉਹ ਲੰਘਾ ਰਹੇ ਨੇ, ਕਰਦੇ ਹਾਂ ਗੱਲਬਾਤ। ਬਾਪੂ ਸਤਿ ਸ਼੍ਰੀ ਅਕਾਲ। ਸ਼੍ਰੀ ਅਕਾਲ। ਕੀ ਨਾਮ ਹੈ ਜੀ? ਗੁਰਦੇਵ। ਕਿੰਨੀ ਉਮਰ ਹੋ ਗਈ? ਉਮਰ ਤਾਂ ਜੀ 70-70 ਦੇ ਲਵੇਗਾ। ਅੱਛਾ, 70 ਸਾਲਾਂ ਦੇ ਵਿੱਚ ਕੀ ਕੁਛ ਬਦਲਦਾ ਦੇਖ ਲਿਆ ਫਿਰ ਹੁਣ ਤੱਕ? ਅਸੀਂ ਹਾਂ, ਅਸੀਂ ਤਾਂ ਖੇਤੀਬਾੜੀ ਦਾ ਹੀ ਕਰਿਆਗਾ, ਆਪਦਾ ਮਾਲ ਪਸ਼ੂ ਦਾ ਕਰਿਆ ਜਾ, ਬਸ ਹੋਰ ਕੀ। ਕੀ ਕੁਛ ਬਦਲ ਗਿਆ ਹੁਣ ਤੱਕ? ਬਾਦਲ ਬਹੁਤ ਗਿਆ। ਬਾਦਲ ਤਾਂ ਬਹੁਤ ਗਿਆ। ਮਾਲ ਪਸ਼ੂ ਦਾ ਕਿਵੇਂ ਹੁੰਦਾ ਸੀ ਪਹਿਲਾਂ, ਕਿਵੇਂ ਹੁੰਦਾ ਸੀ ਹੁਣ, ਕਿਵੇਂ ਆ? ਪਹਿਲਾਂ ਤਾਂ ਮਾਲ ਬਾਲੇ ਹੁੰਦੇ ਤੇ ਘਰੇ, ਹਾਂ ਬਾਹਰ ਚਾਰਨ ਜਾਂਦੇ। ਹੁਣ ਤਾਂ ਦੋ ਦੋ ਇੱਕ ਇੱਕ ਪਸ਼ੂ ਨੇ ਘਰੇ ਨੂੜੇ ਰੱਖਦੇ ਨੇ। ਘਰ ਵਾਲੇ ਵੀ ਕਹਿੰਦੇ ਹੁਣ ਤਾਂ ਔਖੇ ਆ ਰੱਖਣੇ। ਹੁਣ ਤਾਂ ਹਰੇਕ ਹੀ ਔਖਾ ਜਵਾਕ ਵੀ ਕਹਿੰਦੇ ਕੱਖ ਪਾਉਣੇ ਨੇ, ਨਾ ਮੈਂ ਨਹੀਂ ਪਾਉਂਦਾ। ਅਤੇ ਦੁੱਧ ਆਪਾਂ ਨੂੰ ਪਿਓਰ ਚਾਹੀਦਾ? ਦੁੱਧ ਪਿਓਰ ਚਾਹੀਦਾ, ਦੁੱਧ ਆਖਣੇ ਨਾਲ ਦਹੀਂ ਵੀ ਚਾਹੀਦੀ ਹੈ। ਹਾਂ, ਇਹੋ ਜਿਹਾ ਕੁਛ ਸਮਾਨ। ਖੇਤੀਬਾੜੀ ਦਾ ਕਿਵੇਂ ਸੀ ਸਿਸਟਮ? ਖੇਤੀਬਾੜੀ ਤਾਂ ਬਾਈ ਖਾਸ ਹੀ ਖਾਈ ਸੀ। ਬਾਪੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਨੱਥਾ ਸਿੰਘ ਜੀ। ਅੱਛਾ, ਤੁਹਾਡਾ ਵਿਆਹ ਕਿੰਨੀ ਉਮਰ 'ਚ ਹੋ ਗਿਆ ਸੀ? ਮੇਰਾ 20 ਸਾਲ ਦਾ ਸੀ। ਅੱਛਾ, ਬੇਬੇ ਦਿਖਾਈ ਸੀ ਪਹਿਲਾਂ? ਬੇਬੇ ਦਾ ਵੀ 20 ਸਾਲ ਦੀ ਸੀ, ਤੇ ਮੇਰਾ ਵਿਆਹ ਤਾਂ ਜੀ ਖਾੜੇ ਖੁੜੇ ਵੀ ਆਏ ਤੇ। ਕਿਹੜੇ ਦਾ ਖਾੜਾ ਸੀ? ਖਾੜੇ ਲੱਗੇ ਤੇ। ਕਿਹਦਾ, ਕਿਹੜੇ ਕਲਾਕਾਰ ਦਾ ਸੀ? ਕਲਾਕਾਰ ਪ੍ਰਕਾਸ਼ਕਰ ਸੋਢੀ। ਅੱਛਾ, ਉਸ ਸਮੇਂ ਹੈਗੀ ਸੀ ਇਹਨਾਂ ਦੀ ਗੱਲਬਾਤ ਵਧੀਆ? ਅਧੀਆ ਜੱਟ ਰਮਲਾ ਇਹ ਤੇ ਉਦੋਂ ਨਵੇਂ ਤੇ, ਤੇ ਜੋੜੀ ਘੋੜੀ ਨਾਲ ਹੋਇਆ ਦੀ ਵਿਆਹ। ਅੱਛਾ, ਜੋੜੀ ਘੋੜੀ ਦਿੱਤੀ, ਘੋੜੀ ਜੋੜੀ ਵਿਆਹ ਚ ਮੈਨੂੰ। ਹਾਂ ਬਈ, ਬਚ ਗਈ ਦੀ, ਟਰੱਕ ਗਿਆ ਦੀ, ਕੱਪੜੇ ਵਾਲੀ ਜੀਪ ਗਈ ਦੀ, ਕਮਾਂਡੋ, ਹਾਂ ਬਰਾਤ ਗਈ ਦੀ, 100-150 ਬੰਦਾ। ਪੂਰਾ ਵੀ ਵਧੀਆ ਗਾਇ ਕੱਢਮਾ ਸੀ, ਪੂਰਾ ਕਰਿਆ ਦੀ ਮੇਰੇ ਬਾਪੂ ਜੀ ਨੇ, ਪੂਰਾ ਮੇਰਾ ਸ਼ੌਂਕ ਨਾਲ ਵਿਆਹ ਖੁਸ਼ੀ ਨਾਲ ਪੂਰਾ ਵੀ ਜਮਾ ਕਹਿ ਦੀ। ਬਰਾਤ ਕਿਹੜੇ ਪਿੰਡ ਸੀ? ਹਾਂ ਜੀ, ਬਰਾਤ ਚੱਕ ਅਲੀ ਸ਼ੇਰ ਆ ਨੇੜੇ ਜੀ, ਉਹ ਬਾਗਾ ਆਪਣਾ ਆਪਣਾ ਕੀ ਵੱਜਦਾ ਪਿੰਡ ਭੁੱਲਦੇ ਨੀ। ਘਰੇ ਮੱਛਾਂ ਵੀ ਰੱਖੇ ਆ, ਦੁੱਧ ਘਰੇ ਆ, ਬੱਚੇ ਬਾਹਰ ਵੀ ਗਏ ਹੋਏ ਨੇ ਤੇ ਟੀਚਰ ਵੀ ਲੱਗੇ ਹੋਏ ਨੇ। ਹਾਂ ਵਧੀਆ ਸਿਸਟਮ ਹੈ, ਜਾਇਦਾਦ ਵੀ ਵਧੀਆ, ਵਧੀਆ ਮੌਜ ਆ ਰੱਬ ਦੀ, ਨਸ਼ਾ ਕੋਈ ਨਹੀਂ ਕਰਦਾ। ਚਲੋ ਬਹੁਤ ਵਧੀਆ ਗੱਲ ਹੈ। ਉਮਰ ਹੋ ਗਈ, ਹਾਦੀ ਚੈੱਕ ਨਹੀਂ ਕਰਾਈ ਕੋਈ ਚੀਜ਼ ਵੀ। ਅੱਛਾ, ਚੈੱਕ ਮਤਲਬ? ਕੋਈ ਚੈੱਕ ਵੀ ਨਹੀਂ ਕਰਾਇਆ, ਵੀ ਬਲੱਡ ਬਲੁੱਡ ਜਾਂ ਕੋਈ ਚੀਜ਼ ਵੀ ਨਹੀਂ ਕਰਾਈ ਚੈੱਕ, ਕਦੇ ਵੀ ਨਹੀਂ, ਕਦੇ ਵੀ। 72-73 ਸਾਲ ਦੀ ਉਮਰ ਹੋ ਗਈ। ਇਹਦਾ ਕੀ ਰਾਜ ਆ, ਕਿਹੜੀਆਂ ਖੁਰਾਕਾਂ? ਚਾਹ ਨਹੀਂ ਪੀਂਦਾ, ਦੁੱਧ ਦੀ ਪੱਤੀ ਪਾ ਕੇ ਪੀਣੀ ਆ। ਕਿੰਨੇ ਟਾਈਮ ਤੋਂ ਨਹੀਂ ਪੀਂਦੇ ਜਾਂ? ਬਸ 2-10 ਸਾਲ ਹੋ ਗਏ। ਅੱਛਾ, ਚਾਹ ਛੱਡੀ ਆ? ਬਸ ਦੁੱਧ ਬਿਨਾਂ ਪੱਤੀ ਪਵਾ ਕੇ ਦੋ ਵਾਰੀ, ਉਹ ਵੀ ਕਿਹੜਾ ਸਿਆਲ ਆ ਜਾਂ ਕਰਸਾ ਹੈ, ਕਿਹੜਾ ਦੁਪਹਿਰੇ, ਕਿਹੜਾ ਤੜਕੇ।
ਪਰਿਵਾਰ ਜੇ 20 ਵਾਰੀ ਪੀ ਲਏ ਮੈਂ ਨਹੀਂ ਪੀਣੀ। ਅੱਛਾ, ਦੋ ਵਾਰੀ ਪੀਣਾ ਬਸ। ਇਹ ਕਿਵੇਂ ਕਿਸੇ ਡਾਕਟਰ ਨੇ ਕਿਹਾ ਸੀ ਜਾਂ ਮਤਲਬ ਨਹੀਂ? ਮੈਨੂੰ ਚਾਰੇ ਤਕਲੀਫ ਕਰੀ ਦੀ ਪੂਰੇ ਮਹੀਨੇ। ਅੱਛਾ, ਹਾਂ ਬਹੁਤ ਜ਼ਿਆਦਾ ਆ ਕੇ ਨਿਸਕੀ ਛੁੱਟ ਗਈ, ਕਿਤੇ ਮਰਗਤ 'ਤੇ ਗਏ ਤੇ ਮੈਂ ਕਿਹਾ ਡਾਕਟਰ ਜੀ ਚਾਹ ਬਣਾ ਨਹੀਂ ਸਰਨਾ, ਕਹਿੰਦਾ ਦੁੱਧ ਪੱਤੀ ਪਾ ਕੇ ਪੀ ਲਿਆ ਕਰ ਬਸ, ਇਕੱਲਾ ਦੁੱਧ ਵੀ ਰੇਸ਼ਾ ਬਣਾਉਂਦਾ ਵੀ ਦੁੱਧ ਪੱਤੀ ਪਾ ਲਿਆ ਕਰ, ਮੋਟੀ ਪੱਤੀ, ਉਹ ਵੀ ਮੋਟੀ ਪੱਤੀ ਪਾ ਕੇ ਮੈਂ ਦੋ ਵਾਰੀ ਪੀਣੀ ਆ ਗਲਾਸ, ਕਿਰਾ ਤੜਕੇ ਕਿਰਾ ਦੇ, ਚਾਹੇ ਕਿੰਨੀ ਠੰਡ ਹੈ ਕੁਛ ਵੀ ਹੈ, ਪਾਸੇ ਜਾ ਕੇ ਨਹੀਂ ਪੀਣੀ ਜੇ ਬਾਹਰ ਵਗ ਜਾਂ, ਚਲੋ ਬਸ ਘਰੇ ਦੋ ਵਾਰੀ ਪੀਣੀ ਆ। ਜਿਵੇਂ ਹੁਣ ਹੁਣ ਵਾਲੇ ਜਿਹੜੇ ਗੱਭਰੂ ਨੇ ਗਏ ਆ ਸਾਡੇ ਵਰਗੇ, ਜਿਹੜੀ ਜਿੰਨਾ ਟਾਈਮ ਚਾਹਦਾ ਕੋਲਾ ਮੂੰਹ ਨਾ ਲੱਗੇ ਉੱਠਣ ਨੂੰ ਜੀ ਨਹੀਂ ਕਰਦਾ, ਦੋ ਦੋ ਕੋਲੇ ਪੀਂਦੇ ਨੇ, ਦੋ ਦੋ ਕੋਲੇ, ਦੋ ਦੋ ਕੋਲੇ ਪੀਂਦੇ ਨੇ। ਹਾਂ ਹਾਂਜੀ ਹਾਂਜੀ, ਜਿਹੜੇ ਬਾਲੇ ਕਹਿੰਦੇ ਨੇ ਵੀ ਨਾ ਚਾਹਦਾ ਨਸ਼ਾ ਹੈਗਾ, ਹਾਂ ਇਹ ਹੁਣ ਤਾਂ ਨਹੀਂ ਤੁਹਾਨੂੰ ਤੋੜ ਤਾੜ ਜੀ ਲੱਗਦੀ ਕੋਈ ਇਹ ਜੀ? ਕਿਸੇ ਚੀਜ਼ ਦੀ ਵੀ ਤੋੜ ਲੱਗਦੀ ਕਿਸੇ ਦੀ ਵੀ ਨਹੀਂ। ਅੱਛਾ, ਬਸ ਇੱਥੇ ਤਾਂ ਖੇਡਦਾ ਜਾਂ ਘਰੇ ਵਗ ਜਾਣਾ, ਖੇਤ ਵੀ ਨਹੀਂ ਗਿਆ 10 ਸਾਲ ਹੋ ਗਏ, ਕਿਤੇ ਗੇੜਾ ਵੀ ਨਹੀਂ ਬਣ ਗਿਆ। ਜਵਾਕ ਮੁੰਡਾ ਹਾਂ ਇੱਕ ਹੈ, ਉਹ ਇੱਕ ਟੀਚਰ ਲੱਗਿਆ ਉਹਦੀ, ਉਹਦਾ ਅਟੈਕ ਹੋ ਗਿਆ, ਸੁਰਗਵਾਸ ਹੋ ਗਿਆ, ਨੂੰਹ ਰਹਿ ਗਈ ਲੱਗ ਗਈ ਹੈ, ਇੱਕ ਬੱਚਾ ਅਤੇ ਦੂਏ ਪੋਤੇ ਬਾਹਰ ਗਏ ਹੋਏ ਨੇ ਵੱਡੇ ਦੇ। ਚਲੋ ਵਧੀਆ ਗੱਲ ਹੈ ਵੀ, ਜਿਵੇਂ ਪਹਿਲਾਂ ਦਾਜ ਦਹੇਜ ਹੁੰਦਾ ਸੀਗਾ ਵਿਆਹਾਂ ਦੇ ਵਿੱਚ, ਉਦੋਂ ਹੈਗਾ ਸੀ ਹਾਂ, ਤੁਹਾਨੂੰ ਕੀ ਮਿਲਿਆ ਸੀ? ਮੈਨੂੰ ਜੋੜੀ ਘੋੜੀ, ਜੋੜੀ ਘੋੜੀ, ਹਾਂ ਜੋੜੀ ਪਾਈ ਤੀ ਨਾ ਤਾਂ ਸਿਆਉਣੇ ਦੀ 8 ਤੋਲਿਆਂ ਦੀ। ਅੱਛਾ, ਘੋੜੀ ਦਿੱਤੀ ਤੀ, ਉਹਦੇ ਜੋੜੀਆਂ ਘੋੜੀਆਂ ਹੁੰਦੀਆਂ, ਹਾਂ ਪੁਰਾਣੇ ਰਿਵਾਜ਼ 'ਚ, ਹਾਂ ਉਹਦੇ ਘੁੰਡ ਕੱਢਦੇ ਹੁੰਦੀ, ਜਿਹੜੀ ਔਰਤਾਂ ਸੀ ਘੁੰਡ ਘੁੰਡ ਕੱਢ ਕੇ ਹੀ ਜਾਂਦੀ ਹੁੰਦੀ, ਨੰਦਾ ਦੇ ਵੀ ਘੁੰਡ ਕੱਢਦੀ ਉਹ ਬੈਠਣ ਦੇ ਜੋ ਨੰਦਾ ਵੇਲੇ, ਜਦੋਂ ਅਸੀਂ ਬੱਸ 'ਚ ਆਏ ਉਦੋਂ ਵੀ ਮਗਰ ਪਰਦਾ ਲਾਇਆ ਹੁੰਦਾ ਵੀ ਮਗਰ ਦੂਆ ਨੂੰ ਦੇਖੇ ਨਾ ਕੋਈ ਚੀਜ਼, ਫਿਰ ਤਾਂ ਬੇਬੇ ਤੁਹਾਨੂੰ ਘਰੇ ਆ ਕੇ ਪਤਾ ਲੱਗਿਆ। ਹਾਂ ਪਹਿਲਾਂ ਨੀ ਪਤਾ ਲੱਗਿਆ, ਮਤਲਬ ਪਹਿਲਾਂ ਪਹਿਲਾਂ ਨੀ ਪਤਾ ਲੱਗਿਆ ਵੀ ਮੈਂ ਕਿੱਥੇ ਬੈਠੀ ਹੈ, ਘਰੇ ਆ ਕੇ ਪਤਾ ਲੱਗਿਆ। ਮੰਗਣੀ ਹੋਈ ਸੀ? ਮੰਗਣੀ, ਹਾਂ ਮੰਗਣੀ ਹੋਈ ਸੀ, ਬਹੁਤ ਹੋਣੀ, ਮਤੋਲਾ ਸੀ ਸਭ ਕੁਛ ਸੀ ਜਿਹਨੇ ਸਾਗ ਕਰਾਇਆ। ਉਦੋਂ ਫਿਰ ਵਿਚੋਲੇ ਨੂੰ ਨੀ ਕਿਹਾ, ਜਿਵੇਂ ਹੁਣ ਕਹਿ ਦਿੰਦੇ ਨੇ ਵੀ ਮਾੜਾ ਮੋਟਾ ਦੇਖ ਕਰ ਲਈਏ, ਕੋਈ ਦੇਖਦਾ ਨਹੀਂ ਜੀ, ਮੇਰਾ ਬਾਪੂ ਜੀ ਕਹਿੰਦਾ ਮੈਨੂੰ ਤਾਂ ਲੜਕੀ ਕੰਮ ਵਾਲੀ ਚਾਹੀਦੀ ਹੈ, ਮੈਨੂੰ ਐਂ ਨਹੀਂ ਕੋਈ ਵੀ ਪੱਕਾ ਰੰਗ ਹੈ ਜਾਂ ਗੋਰਾ ਰੰਗ ਹੈ, ਮੈਂ ਤਾਂ ਕੰਮ ਵਾਲੀ ਚਾਹੀਦੀ ਹੈ। ਉਹਦੇ ਬਸ ਉਹ ਕੰਮ ਵਾਲੀ ਦਾ ਉਹਨੇ ਸਾਗ ਕਰਾਇਆ ਉਹਦੀ ਰਿਸ਼ਤੇਦਾਰੀ ਦੀ ਬਸ। ਇੱਕ ਇਹ ਵੀ ਗੱਲ ਆ ਬਾਪੂ ਵੀ ਜਿਵੇਂ ਹੁਣ ਵਾਲੇ ਆ, ਜੇ ਹੁਣ ਦੇ ਕੇਰਾਂ ਠੀਕ ਆ ਮੰਗਣੀ ਹੋ ਗਈ, ਉਦੋਂ ਬਾਅਦ ਦੇ ਵਿੱਚ ਜੇ ਕਿਤੇ ਬਾਅਦ ਦੇ ਵਿੱਚ ਵੀ ਲੱਗੇ ਨਾ, ਉਹ ਮੰਗਣੀਆਂ ਰਿਸ਼ਤੇ ਜਿਹੜੇ ਟੁੱਟ ਰਹੇ ਨੇ ਗੇ, ਛੱਡ ਦਿੰਦੇ ਨੇ ਵੀ ਨਾ ਮੈਂ ਤਾਂ ਕਰਾਉਣਾ ਨਹੀਂ। ਹਾਂ ਹੁਣ ਤਾਂ ਇਹੀ ਕੰਮ ਚੱਲਦਾ ਜੀ। ਹਾਂ ਹਾਂ ਹਾਂ, ਉਹ ਤਾਂ ਐਂ ਸੀਗਾ ਵੀ ਜੇ ਅੰਨੀਆਂ ਕਾਣੀਆਂ ਲੂਲੀ ਲੰਗੜੀ ਲਿਆਉਣੀ ਪੈਂਦੀ ਸੀ। ਹਾਂ ਜੀ ਹਾਂ ਜੀ, ਹਾਂ ਡਰ ਹੈਗਾ ਸੀ ਮਨ ਦੇ ਵਿੱਚ ਇਹੋ ਜਿਹਾ ਕੁਛ? ਨਾ ਉਹ ਤਾਂ ਵਿਚੋਲਾ ਠੀਕ ਸੀ, ਇੱਥੋਂ ਹੀ ਪਿੰਡੋਂ ਹੀ ਸੀ ਵੀ ਉਹ ਤਾਂ ਕਹਿੰਦਾ ਮੇਰਾ ਆਪੂ ਜੀ ਕਹਿੰਦਾ ਮੈਂ ਤਾਂ ਕੰਮ ਵਾਲੀ ਲੈਣੀ ਹੈ ਵੀ ਸਾਨੂੰ ਕੋਈ ਉਹ ਚੀਜ਼ ਦੀ ਲੋੜ ਨਹੀਂ, ਅਨਪੜ੍ਹਤੀ ਉਹ ਮੈਂ ਤਾਂ ਅਜੇ ਪੜ੍ਹਿਆ ਸੀ 5, ਉਹ ਅਨਪੜ੍ਹਤੀ ਜਮਾਂ। ਕੰਮ ਵਾਲੀਆਂ ਹੀ ਕਿਉਂ ਦੇਖਦੇ ਸੀ ਮਤਲਬ ਵੀ ਜਿਵੇਂ ਉਦੋਂ ਖੱਦਰ ਦਾ ਕੰਮ ਹੁੰਦੀਆਂ ਲੜਕੀਆਂ ਬਾਹਲੀਆਂ, ਖੱਦਰ ਤਾਣੀ 'ਚ ਬਿਠਾ ਕੇ ਰੱਖਦੇ ਤੇ ਸਾਰਾ ਦਿਨ, ਚਾਹ ਵੀ ਤਾਣੀ 'ਚ ਫੜਾਉਂਦੇ ਤੇ ਉੱਥੇ ਬੈਠੇ ਕਬੜੀ। ਹਾਂ ਉਦੋਂ ਤਾਂ ਇਹੀ ਕੰਮ ਸੀ, ਹਾਂ ਕੰਮ ਬਾਹਲਾ ਸੀ, ਇਸੇ ਕਰਕੇ ਬਜ਼ੁਰਗ ਕੰਮ ਵਾਲੀ ਮੰਗਦੇ ਤੇ ਵੀ ਲੜਕੀ ਸਾਨੂੰ ਕੰਮ ਵਾਲੀ ਚਾਹੀਦੀ ਹੈ, ਵਧੀਆ ਘਰ ਸਾਂਭਣ ਵਾਲੀ ਹੋਵੇ। ਹਾਂ ਘਰ ਸਾਂਭਣ ਵਾਲੀ ਹੋਵੇ। ਹੁਣ ਹੁਣ ਕੀ ਮਾਹੌਲ ਆ ਫਿਰ, ਹੁਣ ਤਾਂ ਬਦਲ ਗਿਆ ਸਾਰਾ ਕੁਛ? ਹਾਂ ਹੁਣ ਤਾਂ ਬਦਲਿਆ ਹੀ ਹੋਇਆ ਜੀ, ਹੁਣ ਤਾਂ ਤੁਹਾਨੂੰ ਪਤਾ ਹੀ ਹੈ ਸਾਰਾ ਜੀ, ਹੁਣ ਤਾਂ ਬਦਲਿਆ ਹੋਇਆ, ਹੁਣ ਤਾਂ ਇਹ ਸਿਸਟਮ ਦੇਖ ਕੇ ਵੀ ਛੱਡਦੇ ਨੇ, ਹੁਣ ਤਾਂ ਗਲਤ ਕੰਮ ਹੋ ਰਹੇ ਨੇ ਸਾਰੇ ਹੀ, ਸਾਰੇ ਗਲਤ ਹੋ ਰਹੇ ਨੇ ਕੰਮ।
ਆਪਣੇ ਨਾਲ ਹੋਰ ਬਜ਼ੁਰਗਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਬਾਪੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਕੀ ਨਾਮ ਹੈ? ਗੁਰਜੰਟ ਸਿੰਘ। ਮਾੜਾ ਜਿਹਾ ਹੋਰ ਨੇੜੇ ਜਿਹੇ। ਅੱਛਾ, ਕਿੰਨਾ ਪੜ੍ਹਿਆ ਤੁਸੀਂ ਪਹਿਲਾਂ ਤਾਂ ਦੱਸੋ। ਮੈਂ ਤਾਂ 10 ਪੜ੍ਹਿਆ ਹੋਇਆ। ਅੱਛਾ, ਉਹਨਾਂ ਟਾਈਮਾਂ ਦੇ ਵਿੱਚ 10 ਵੀ ਬਹੁਤ ਹੁੰਦੀਆਂ ਸੀਗੀਆਂ, ਅੱਜ ਦੀ BA ਬਰਾਬਰ ਸੀ, BA MA ਬਰਾਬਰ। ਹਾਂ, ਵਧਾ ਬਹੁਤ ਜ਼ਿਆਦਾ ਪੜ੍ਹਾਈ ਤਰੱਕੀ ਵਾਲੀ ਸੀ ਉਦੋਂ ਤਾਂ। ਹਾਂ, ਫਿਰ ਕਿਸੇ ਨੌਕਰੀ ਵਾਲੇ ਪਾਸੇ ਨਹੀਂ ਗਏ? ਨੌਕਰੀ ਵਾਲੇ ਪਾਸੇ ਤਾਂ ਮੇਰਾ ਵੱਡਾ ਭਰਾ ਸੀ ਜਿਹੜਾ, ਉਹ ਕੰਮ ਦਾ ਮਰਾਈ ਸੀਗਾ, ਹਲ ਹੁਲ ਉਹੀ ਪਾਉਂਦਾ ਸੀ। ਉਹ ਗੁਜ਼ਰ ਗਿਆ, ਫਿਰ ਮੈਨੂੰ ਪੜ੍ਹਾਈ ਛੱਡਣੀ ਪਈ। ਐਂ ਹੋ ਗਈ ਗੱਲ। ਨਹੀਂ ਨਹੀਂ, ਕੀ ਸੋਚਿਆ ਸੀਗਾ ਫਿਰ ਅੱਗੇ? ਨਹੀਂ ਤਾਂ ਸੋਚਿਆ ਕੁਛ ਵੀ ਕਰ ਲੈਂਦੇ, ਫੌਜ 'ਚ ਵਗ ਜਾਂਦੇ, ਹੋਰ ਕੰਮ ਬਥੇਰੇ ਤੇ। ਆ ਹੁਣ ਵੀ ਤਾਂ ਬਥੇਰੇ ਥਾਈ ਜਾ ਕੇ ਆਇਆ, ਕਰੀ ਆਈ ਹੈ ਮਾੜਾ ਮੋਟਾ ਛੰਡ ਮੰਡ, ਤਾਂ ਨੌਕਰੀ ਨਾਕਰੀਆਂ ਕੀਤੀਆਂ ਨੇ। ਆਹ ਬੰਦਾ ਮੇਰੇ ਨਾਲ ਬੈਠਾ, ਇਹ ਵੀ ਸ਼ੂਗਰ ਮਿੱਲ 'ਚ ਹੁੰਦਾ ਮੇਰੇ ਨਾਲ। ਅਤੇ ਜਿਵੇਂ ਹੁਣ ਹੈਗਾ, ਹੁਣ ਕਹਿੰਦੇ ਨੇ ਵੀ ਜੇ BA ਕਰ ਲਈ ਜਾਂ MA ਕਰ ਲਈ ਜਾਂ ਬਹੁਤ ਡਿਗਰੀਆਂ ਵਾਲੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇਗੇ, ਉਹ ਧਰਨੇ ਲਾਉਂਦੇ ਨੇ ਨੌਕਰੀਆਂ ਵਾਸਤੇ, ਉਦੋਂ ਜਿਵੇਂ ਹੁਣ ਪੜ੍ਹਾਈ ਦਾ ਮੁੱਲ ਨਹੀਂ ਪੈਂਦਾ ਕਹਿੰਦੇ, ਉਦੋਂ ਪੈਂਦਾ ਸੀ ਇਹ ਚੀਜ਼ ਦਾ? ਬੜਾ ਪੈਂਦਾ ਸੀ। ਹਾਂ, ਉਦੋਂ ਤਾਂ ਬਸ 10 ਪੜ੍ਹਿਆ ਚਾਹੀਦਾ ਸੀ, ਬਸ ਉਹ ਨੌਕਰੀ ਤਿਆਰ ਸੀ। ਉਹ ਤਾਂ ਕਹਿੰਦੇ ਫੌਜੀ ਵੀ ਭਾਵੇਂ ਅੰਗੂਠਾ ਛਾਪ ਹੁੰਦਾ ਲੈ ਜਾਂਦੇ ਸੀ। ਉਦੋਂ ਤਾਂ ਕੀ ਅੰਤਾ ਕੇਰਾ ਐਂ ਚਾਹੀਦਾ ਤੇ ਵੀ ਫਿੱਟ ਫਾਟ ਹੈ ਜਵਾਨ, ਕੋਈ ਪੜ੍ਹੇ ਲਿਖੇ ਦਾ ਡੀਕਾ ਨਹੀਂ ਸੀ, ਕੋਈ ਅਨਪੜ੍ਹ ਦਾ ਡੀਕਾ ਨਹੀਂ ਸੀ। ਉਦੋਂ ਤਾਂ ਬਸ ਐਂ ਚਾਹੀਦਾ ਤੇ ਵੀ ਕੇਰਾ ਸਾਨੂੰ ਚਾਹੀਦਾ। ਉਦੋਂ ਕਿਉਂ ਆਜ਼ਾਦੀ ਨਵੀਂ ਮਿਲੀ ਸੀ, ਥੋੜ੍ਹੀ ਚਿਰ ਹੋਇਆ ਸੀ, 20 ਕੁ ਸਾਲ ਹੋਏ ਤੇ, 21 ਸਾਲ ਜਦੋਂ ਆਜ਼ਾਦੀ ਮਿਲੀ ਹੈ, ਉਦੋਂ ਫਿਰ ਬੰਦਿਆਂ ਦੀ ਫੌਜ 'ਚ ਵੀ ਲੋੜ ਸੀਗੀ। ਹੁਣ ਤਾਂ ਜਾਣਾ ਮੁਸ਼ਕਿਲ ਹੈ, ਹੁਣ ਤਾਂ ਮਸਾਂ ਹੀ ਮਤਲਬ ਲੱਖਾਂ ਦੀ ਤਾਦਾਦ 'ਚ ਖੜੇ ਹੁੰਦੇ ਨੇ ਜਵਾਨ, ਹੁਣ ਤਾਂ ਮੁਸ਼ਕਿਲ ਹੈ। ਉਦੋਂ ਤਾਂ ਕਿਹੜਾ ਲਾਈਨ 'ਚ ਲੱਗਿਆ ਚਾਹੀਦਾ ਸੀ ਬੰਦਾ, ਉਦੋਂ ਤਾਂ ਇੰਨਾ ਭਜਾਉਂਦੇ ਵੀ ਨਹੀਂ ਤੇ ਵੀ ਕੋਈ ਭਾਈ ਉਹਦੇ ਵਿੱਚੋਂ ਕੱਢਣਾ ਹੈ। ਉਦੋਂ ਤਾਂ ਬਸ ਆਏ ਸੀ, ਉਹ ਥਿੱਕ ਤੱਕ ਗੇੜਾ ਦੇ ਆ ਕੇ ਇੱਥੇ ਜੇ ਮਸ਼ੀਨ ਲਾ ਦਿੰਦੇ, ਚੱਲ ਵੀ ਫਿੱਟ ਹੈ ਕੰਮ, ਵੀ ਦਿਲ ਇਹਦਾ ਦਿਲ ਦੀਆਂ ਧੜਕਣਾਂ ਵੱਧਦੀ ਨਹੀਂ ਹੈਗੀ, ਬਸ ਉਦੋਂ ਤਾਂ ਇੰਨਾ ਹੀ ਕੁਛ ਸੀ। ਅਤੇ ਬਾਕੀ ਤਾਂ ਭਾਈ ਜਦੋਂ ਕੋਈ ਜਨੂਨ ਵੀ ਸੀ ਇਹੋ ਜਿਹਾ, ਪਰ ਹੁਣ ਤਾਂ ਕੁਛ ਦੋ ਤਰ੍ਹਾਂ ਦੀਆਂ ਗੱਲਾਂ ਨੇ। ਹੁਣ ਤਾਂ ਅਗਲਾ ਕਹਿੰਦਾ ਵੀ ਚਾਹ ਰੁਜ਼ਗਾਰ ਵੀ ਹੈ, ਹੈਂ, ਉਦੋਂ ਤੱਕ ਅਗਲਾ ਕਹਿੰਦਾ ਵੀ ਫੌਜ 'ਚ ਜਾਵਾਂਗੇ, ਕੋਈ ਤਰੱਕੀ ਦਾ ਕੰਮ ਕਰਾਂਗੇ, ਕੋਈ ਦੇਸ਼ ਵਾਸਤੇ ਭਾਵੇਂ ਕੁਰਬਾਨੀ ਕਰਨੀ ਪੈ ਜੇ ਕਰਾਂਗੇ, ਉਦੋਂ ਤਾਂ ਇਸ ਕੰਮ ਦੀ। ਹੁਣ ਬੇਰੁਜ਼ਗਾਰੀ ਕਰਕੇ ਜਾਂਦੇ ਨੇ, ਹੁਣ ਤਾਂ ਬੇਰੁਜ਼ਗਾਰੀ ਵੀ, ਹੁਣ ਤਾਂ ਉਹ ਵੀ ਤਾਂ ਵਿਚਾਰੇ ਬਾਰਡਰਾਂ 'ਤੇ ਬੈਠੇ ਨੇ, ਦਿਨ ਰਾਤ ਉਹ ਕਰਦੇ ਨੇ, ਉੱਥੇ ਪਹਿਰੇ ਦਿੰਦੇ ਨੇ, ਜਾਨਾਂ ਨੂੰ ਤਾਂ ਉਹ ਵੀ ਹੀਲ ਕੇ ਖੜ੍ਹੇ ਨੇ। ਐਂ ਕੋਈ ਇਕੱਲਾ ਨਿਰਾਪੁਰਾ ਰੁਜ਼ਗਾਰ ਤਾਂ ਨਹੀਂ ਦੇ, ਜੇ ਉਹ ਨਾ ਹੋਣ ਬਾਰਡਰਾਂ ਦੇ ਉੱਤੇ, ਆਪਾਂ ਨੂੰ ਇੱਥੇ ਬੈਠਣ ਕਿਹੜਾ ਦੇਊ? ਇੱਥੇ ਨਹੀਂ ਫਿਰ ਬੈਠਣ ਦਿੰਦਾ ਕੋਈ, ਘੰਟਿਆਂ ਚੱਕਦੇ? ਹਾਂ, ਘੰਟਿਆਂ 'ਚ। ਉਹ ਤਾਂ ਹੁਣ ਤੈਨੂੰ ਇਹੋ ਜਿਹੇ ਹਥਿਆਰ ਨੇ, ਬਰੂਦ, ਸਾਰਾ ਕੁਛ ਹੈ, ਹੁਣ ਤਾਂ ਕੀ ਅੰਤ ਹੈ? ਹੁਣ ਤਾਂ ਬਾਰਡਰਾਂ 'ਤੇ ਉਹ ਭਰਾ ਬੈਠੇ ਨੇ, ਉਹ ਆਪਾਂ ਉਹਨਾਂ ਦੇ ਸਹਾਰੇ 'ਤੇ ਖੁਸ਼ੀਆਂ ਮਾਣਦੇ ਹਾਂ, ਇੱਥੇ ਆਜ਼ਾਦੀ ਮਾਣ ਰਹੇ ਹਾਂ। ਸਹੀ ਗੱਲ ਹੈ। ਹਾਂ, ਤੁਹਾਡਾ ਵਿਆਹ ਕਿੰਨੀ ਉਮਰ 'ਚ ਹੋਇਆ ਸੀਗਾ? ਮੇਰਾ 22 ਸਾਲ ਦਾ। ਅੱਛਾ, 22 ਸਾਲ 'ਚ। ਜਿਵੇਂ ਹੁਣ ਅੱਜ ਦੇ ਜਿਹੜੇ ਨੌਜਵਾਨ ਨੇ 22 ਸਾਲ ਦੇ, ਕਹਿੰਦੇ ਨੇ ਨਾ ਹਜੇ ਤਾਂ ਛੋਟੀ ਉਮਰ ਆ ਗਈ, ਉਦੋਂ ਕੀ ਸਿਸਟਮ ਹੁੰਦਾ ਸੀ, ਕੀ ਦੇਖਦੇ ਸੀਗੇ? ਉਮਰ ਦੇਖਦੇ ਸੀ ਜਾਂ ਪੜ੍ਹਿਆ ਲਿਖਿਆ ਦੇਖਦੇ ਸੀ ਜਾਂ ਕੋਈ ਕੰਮ ਕਾਰ ਦੇਖਦੇ ਸੀ, ਕਿਹੜੀ ਚੀਜ਼ ਦੇਖ ਕੇ ਵਿਆਹ ਕਰਦੇ ਸੀ? ਉਦੋਂ ਤਕਰੀਬਨ 22 ਸਾਲ ਦਾ, ਜੇ ਕੋਈ ਨੌਕਰੀ 'ਤੇ ਲੱਗ ਜਾਣ, ਮਾਸਟਰ ਵੀ ਲੱਗ ਜਾਂਦੇ ਤੇ 22-23 ਸਾਲ ਦੇ, 24 ਸਾਲ ਦੇ ਮਾਸਟਰ ਵੀ ਲੱਗ ਜਾਂਦੇ ਤੇ, ਡਾਕਟਰ ਵੀ ਲੱਗ ਜਾਂਦੇ ਤੇ, ਫੌਜ 'ਚ ਵੀ ਉਦੋਂ ਪਹਿਲਾਂ ਹੀ ਵਗ ਜਾਂਦੇ ਤੇ। 22 ਸਾਲ ਦੀ ਤਾਂ ਉਦੋਂ ਉਮਰ ਬਹੁਤ ਸੀ, ਹੁਣ ਤਾਂ BA MA ਕਰਨੀ ਪੈਂਦੀ ਹੈ, ਡਿਗਰੀਆਂ ਲੈਣੀਆਂ ਪੈਂਦੀਆਂ ਨੇ, ਤਾਂ ਵੱਡਾ ਹੋ ਕੇ ਵਿਆਹ ਹੁੰਦਾ ਹੈ।
ਉਹ ਵੀ ਜੇ ਜਿਹੜਾ ਹੁਣ ਬੀਜ ਬੇਜ਼ਮੀਨਾਂ ਗਾ ਉਹ ਫਿਰ ਰਹਿ ਜਾਂਦਾ ਹੁਣ ਜਿਹਦੇ ਕੋਲ ਕੋਈ ਹੈ ਹੀ ਨਹੀਂ ਕੋਈ ਸਾਧਨ ਵਿਚਾਰੇ ਕੋਲ ਦੋ ਪੈਸੇ ਦੇਣ ਨੂੰ ਉਹ ਨੌਕਰੀਆਂ ਕਿੱਥੋਂ ਲੈ ਲੂਗਾ ਹੁਣ ਨਹੀਂ ਹੁਣ ਤਾਂ ਬਹੁਤ ਮੁਸ਼ਕਲ ਹੈ ਦਾਜ ਕੀ ਮਿਲਿਆ ਸੀਗਾ ਹੈਗਾ ਸੀ ਸਿਸਟਮ ਤੁਹਾਡੇ ਵੇਲੇ ਹੈਗਾ ਸੀਗਾ ਉਹ ਬਥੇਰਾ ਕੁਛ ਮਿਲਿਆ ਸੀ ਬਾਉਟੀ ਦੇ ਤੀ ਹੁਣ ਦੂਤ ਆਉਂਦੀ ਹੋਰ ਕੀ ਚਾਹੀਦਾ ਬਾਉਟੀ ਦਾਜ ਦੇ ਚ ਤਾਂ ਨੀ ਆਉਂਦੀ ਬਾਉਟੀ ਦਾਜ ਦੇ ਚ ਤਾਂ ਨੀ ਆਉਂਦੀ ਦਾਜ ਦੇ ਚ ਹੀ ਆਉਵੀ ਕਹਿੰਦੇ ਨੀ ਹੁੰਦੇ ਦੁਲਣ ਹੈ ਤਾਂ ਦਹੇਜ ਹੈ ਸਾਰਾ ਕੁਛ ਹੀ ਹੈ ਕਹਿੰਦੇ ਨੀ ਸਾਰਾ ਕੁਛ ਹੀ ਹੈ ਪਲੰਗ ਵੀ ਦਿੱਤੇ ਤੇ ਸਾਈਕਲ ਦਿੱਤੇ ਤੇ ਉਹਦਾ ਸਾਈਕਲ ਬੜਾ ਮਸ਼ਹੂਰ ਹੁੰਦਾ ਹੈ ਇੱਕ ਰੇੜੂਆ ਘੜੀ ਛਾਪਕੜਾ ਪਾਤਾ ਦੀ ਹੋਰ ਇੱਧਰ ਉੱਤੋਂ ਦੀ ਹੋਰ ਕੀ ਚਾਹੀਦਾ ਜੀ ਹਾਂ ਇਹ ਚੀਜ਼ ਹੁਣ ਇਹ ਚੀਜ਼ਾਂ ਵੱਧ ਨਹੀਂ ਗਈਆਂ ਲਾਲਚ ਵੱਧ ਗਿਆ ਲੋਕਾਂ ਲਾਲਚ ਤਾਂ ਹੁਣ ਤਾਂ ਸੌਦੇਬਾਜ਼ੀਆਂ ਨੇ ਹੁਣ ਤਾਂ ਬਹੁਤ ਜ਼ਿਆਦਾ ਸੌਦੇਬਾਜ਼ੀਆਂ ਹੋਣ ਲੱਗ ਗਈਆਂ ਹੁਣ ਤਾਂ ਪੁੱਤ ਵੇਚਣਾ ਹੈ ਹੁਣ ਤਾਂ ਐਂ ਵੀ ਮੇਰਾ ਪੁੱਤ ਆ ਹੈ ਭਾਈ ਇੰਨੀ ਇਹਦੀ ਕੀਮਤ ਹੈ ਉਹ ਫਿਰ ਭਾਈ ਉਹ ਹੁਣ ਜੇ ਉਹ ਸਿਆਣਾ ਹੋਵੇ ਤਾਂ ਉਹ ਆਪਦੇ ਘਰ ਵਾਲੀ ਨੂੰ ਸੌਖੀ ਵੀ ਭਾਈ ਮੈਂ ਤਾਂ ਕੀਮਤ ਅਗਲੇ ਨੇ ਦਿੱਤੀ ਆ ਮੈਂ ਤਾਂ ਉਹਨਾਂ ਨੂੰ ਵਿਕ ਗਿਆ ਹੁਣ ਤਾਂ ਇਹ ਕੰਮ ਹੈ ਨਾ ਗੱਲ ਜਿਹੜਾ ਰੀਬਨ ਕੱਟਣ ਵਾਲਾ ਜਿਹੜੀਆਂ ਰਿਵਾਜ਼ ਨੇ ਹਾਸੀ ਮਜ਼ਾਕ ਹੁੰਦੇ ਨੇ ਵਿਆਹਾਂ ਦੇ ਵਿੱਚ ਸਾਲੀਆਂ ਵੱਲੋਂ ਰੀਬਨ ਕੱਟਿਆ ਜਾਂਦਾ ਇਹ ਤੁਹਾਡੇ ਵੇਲੇ ਕਿਵੇਂ ਸੀ ਸਿਸਟਮ ਇਹ ਬਹੁਤ ਅਕੜਾ ਸੀ ਹਾਸੀ ਮਜ਼ਾਕ ਫਿਰ ਕਿਵੇਂ ਫਿਰ ਸਾਲੀਆਂ ਨਾਲ ਕਾਹਨੂੰ ਪੁੱਛਦੇ ਹੋ ਹੁਣ ਤਾਂ ਹਜੇ ਥੋੜ੍ਹਾ ਜਿਹਾ ਜ਼ਿਆਦਾ ਫਿਲਮਾਂ ਨੇ ਉਹ ਰੋਕ ਤਾ ਕੰਮ ਉਦੋਂ ਤਾਂ ਬਹੁਤ ਕੁਛ ਨਹੀਂ ਸੀ ਇੰਨਾ ਕੁਛ ਹੈ ਉਦੋਂ ਤਾਂ ਹਾਂ ਫਿਰ ਤੂੰ ਮੇਰੇ ਨਾਲ ਤੂੰ ਵਿਆਹ ਕਰਾਏਂਗੀ ਫਿਰ ਐਸੇ ਤੱਕ ਗੱਲਾਂ ਹੋ ਜਾਂਦੀਆਂ ਮੈਨੂੰ ਲਿਜਾ ਕੇ ਮੈਂ ਤਾਂ ਆਹ ਕੁਛ ਕਰਦੀ ਹੁੰਦੀ ਆ ਇੰਨਾ ਕੁਛ ਮੇਰਾ ਖਰਚਾ ਹੈ ਤੂੰ ਜੇ ਚੱਲ ਲੇਗਾ ਤਾਂ ਦੇਖ ਲੈ ਅੱਜ ਮੈਂ ਹੁਣ ਕਹਿੰਦੇ ਨੇ ਬਈ ਜੇ ਮੈਂ ਸਵਾ ਲੱਖ ਦੇ ਸੂਟ ਪਾਉਣੀ ਆ ਤੇ ਝੱਲ ਲੇਗਾ ਤਾਂ ਦੇਖ ਲਾ ਉਹ ਕਹਿੰਦਾ ਮੇਰੇ 28 ਕਿੱਲੇ ਜੀ ਟੀ ਰੋਡ ਤੇ ਲਾਲਚ ਕੁੜੀਆਂ ਵੀ ਨੀ ਕਰਦੀਆਂ ਦੀਆਂ ਹੁਣ ਤਾਂ ਤੁਹਾਨੂੰ ਮੈਂ ਦੱਸਦਾ ਜੁੱਤੀ ਚੱਕ ਲਈ 25,000 ਚਾਹੀਦਾ ਜੁੱਤੀ ਚਕਾਈ ਦਾ ਉਦੋਂ 125 ਦੀ ਅਗਲਾ ਡਰਾ ਦਿੰਦਾ ਮੈਂ 2 ਕੁੜੀਆਂ ਨੂੰ ਲੈ ਕੇ ਜਾਊਂਗਾ ਹੋਰ ਮੈਂ ਜਿਹਨੂੰ ਮਰਜ਼ੀ ਵਿਆਹ ਕਰਾ ਦਿਆਂ 2 ਕੁੜੀਆਂ ਦਾ ਸਾਗਨ ਲੈ ਕੇ ਜਾਊਂਗਾ ਹਾਂ ਅਗਲਾ ਕਹਿ ਦਿੰਦਾ ਫਿਰ ਉਹ ਕਹਿ ਦਿੰਦੀਆਂ ਵੀ ਦੇਖੋ ਕਿਤੇ ਵੀ ਇਹਦਾ ਕੀ ਪਤਾ ਕਮਰੇ ਦਾ ਚੱਕੀ ਦਾ ਦੇਵੇ ਕਿਤੇ ਹੁਣ ਕਿੱਧਰ ਗਈਆਂ ਇਹ ਰਸਮਾਂ ਰਿਵਾਜਾਂ ਹਾਸੀ ਮਜ਼ਾਕ ਹਾਸੀ ਮਜ਼ਾਕ ਤਾਂ ਹੁਣ ਵੀ ਹੁੰਦੇ ਨੇ ਉਵੇਂ ਜਿਵੇਂ ਵੀ ਹੋਈ ਜਾਂਦੇ ਨੇ ਉਦੋਂ ਥੋੜੇ ਜਿਹੇ ਵੱਧ ਤੇ ਉਦੋਂ ਥੋੜਾ ਜਿਹਾ ਕੋਈ ਆਏ ਨੀ ਗੁੱਸਾ ਨੀ ਕਰਦਾ ਸੀ ਉਧਰ ਉਧਰ ਹੀ ਸਹਿਣਸ਼ੀਲਤਾ ਸੀਗੀ ਸਹਿਣਸ਼ੀਲਤਾ ਹੈਗੀ ਸੀ ਲੋਕਾਂ ਚ ਕੁਛ ਵੀ ਕਹੀ ਜਾਂਦੇ ਉਹ ਜਿਹੜੇ ਧੀ ਵਾਲੇ ਹੁੰਦੇ ਉਹ ਵੀ ਦੂਰ ਖੜੇ ਬਰਾਬਰ ਹੱਸੀ ਜਾਂਦੇ ਵੀ ਕੋਈ ਫਰਕ ਨਹੀਂ ਯਾਰ ਕੋਈ ਇਹ ਤਾਂ ਮਾੜਾ ਮੋਟਾ ਹੁੰਦਾ ਹੀ ਹੈ ਤੇ ਹੁਣ ਤਾਂ ਲੜਾਈਆਂ 'ਚ ਹੁਣ ਤੁਸੀਂ ਬੈਲਸਾਂ 'ਚ ਦੇਖ ਲਓ 4 ਘੰਟੇ ਜਾਂਦੇ ਨੇ ਜਾੜਾ ਬਹੁਤ ਹੋ ਜਾਂਦਾ ਅਤੇ ਬਾਕੀ ਦਾ ਫਿਰ ਕਿੰਨਾ ਲੜਾਈ ਝਗੜੇ ਲਟਰਾ ਪਟਰਾ ਹਾਂ ਉਦੋਂ ਅਗਲਾ ਕਹਿੰਦਾ ਜੀ ਆਹ ਜਿਹੜੇ
ਡੀਜੇ ਲਾ ਕੇ ਇਹ ਮੇਰੇ ਵਾਲਾ ਲਾ, ਉਹ ਕਹਿੰਦਾ ਮੇਰੇ ਵਾਲਾ ਲਾ, ਬਸ ਲੜਾਈ ਹੋ ਗਈ। ਇਸ ਤਰ੍ਹਾਂ ਹੋ ਗਿਆ, ਗਾਣੇ ਪਿੱਛੇ ਲੜ ਪੈਂਦੇ ਨੇ, ਗਾਣੇ ਪਿੱਛੇ ਲੜ ਪੈਂਦੇ ਨੇ। ਉਦੋਂ ਮਖੌਲ ਬਾਜੀ ਬਾਲੀ ਕਰਦੇ ਹੁੰਦੇ ਜੀ, ਅਸੀਂ ਸੌਰੀ ਭੱਗ ਗਏ ਜੀ, ਸੌਰੀ ਭੱਗ ਗਏ ਜੀ। ਉਹਨਾਂ ਨੇ ਕੀ ਕਰਿਆ, ਦੋ ਮੰਜੇ ਡਾਹ ਦੇ, ਦੋ ਮੰਜੇ ਡਾਹੇ, ਇੱਕ ਦਿੱਤਾ ਰੱਸੀਆਂ ਜੀਆਂ ਪਾਤੀਆਂ, ਉਹਦੇ ਕੱਪੜਾ ਪਾਤਾ ਸੋਹਣਾ, ਵਧੀਆ ਚਾਦਰ ਐ ਸੋਹਣੀ, ਵੀ ਇਹਦੇ ਬੈਠਣਗੇ ਆ ਕੇ ਪ੍ਰਾਹੁਣੇ, ਵੀ ਇਹਦੇ ਬੈਠਣਗੇ। ਇੱਕ ਤੇ ਮੈਲਾ ਜੇ ਕੱਪੜੇ ਪਾਤੇ, ਉਹ ਬਈ ਜਿਹੜਾ ਵਿਚੋਲਾ ਦੀ, ਮੈਂ ਕਿਹਾ ਜਿਹੜੇ ਨਾਲ ਮੈਂ ਗਿਆ ਸੀ ਉਹ ਬਹੂ ਨੂੰ ਲੈਣ, ਮੈਂ ਹਾਂ ਚਾਦਰ ਵਾਲਾ ਕੰਮ ਖਰਾਬ ਆ ਜਿਹੜੇ ਆਪਾਂ ਲੈ ਕੇ ਆਏ ਬੇਬੇ ਨੂੰ ਮਿਲਣੀ ਵੇਲੇ, ਹਾਂ ਹਾਂ ਵੀ ਆਹ ਜਿਹੜੇ ਚਾਦਰਾਂ ਮੈਂ ਹੈ, ਮੈਂ ਲੜ ਜਾ ਕੇ ਦੇਖ ਲਿਆ ਰੱਸੀਆਂ ਪਾਈਆਂ ਹੋਈਆਂ ਨੇ, ਮੈਂ ਇਹ ਕੰਮ ਖਰਾਬ ਹੈ। ਉਹਨੂੰ ਮੈਂ ਇੱਧਰ ਆ ਜਾ, ਆਹ ਮੰਜੇ 'ਤੇ ਆ ਜਾ, ਬਾ ਪੁਰਾਣੇ ਜਿਹੇ ਮੰਜੇ 'ਤੇ ਬਹਿ ਜਾ, ਆ ਜਿਹੜੇ ਕੱਪੜਾ ਜਿਹਾ ਪਾਇਆ ਹੋਇਆ ਇਹਦੇ ਬਹਿ ਜਾ। ਉਹ ਵਿਚੋਲਾ ਬੋਲਦਾ ਜਿਹੜਾ ਵਿਚੋਲੇ ਨੇ ਕਰਾਇਆ ਜੀ, ਕਹਿੰਦਾ ਤੂੰ ਕੰਮ ਲਿਓ ਯਾਰ, ਤੁਹਾਡੇ ਬਾਅਦ 'ਚ ਤਾਂ ਆ ਵਛਾ ਹੋਇਆ, ਉਹਨੂੰ ਪਤਾ ਨਹੀਂ ਜੀ। ਉਹ ਜਦੋਂ ਭਾਈ ਉਹ ਤਾਂ ਅਸੀਂ ਤਾਂ ਪੁਰਾਣੇ ਜਿਹੇ 'ਤੇ ਬਹਿ ਗਏ, ਉਹ ਬਹਿ ਗਿਆ ਉਹ 'ਤੇ ਤਾਂ ਉਸ 'ਤੇ, ਉਹਦੀਆਂ ਟੰਗਾਂ ਸਿਰ ਤਾਹਾਂ ਲੱਤਾਂ ਤਾਂ ਬੱਚਾ ਚੱਟੂਆ ਥੱਲੇ ਜਾ ਲੱਗਿਆ, ਉਹਦਾ ਮੰਟ ਗਿਆ ਗਾਲ ਦੇਣ ਉਹਨਾਂ ਨੂੰ। ਉਹ ਛੋਟੀ ਉਹ ਕਹਿੰਦੀ ਤੈਨੂੰ ਕਿਸੀ ਕਿਹਾ ਜੀ ਵੀ ਤੂੰ ਬੈਠੇ ਤੇ ਕਿਹਾ ਤਾਂ ਇੰਨਾ ਮਾਰ ਤੇ ਡਾਇਆ ਜੀ, ਇਸ ਤਰ੍ਹਾਂ ਇਹ ਆਪਦੀ ਹਿਸ਼ਿਆਰੀ ਖੇਡ ਕੇ ਦੂਏ ਦੇ ਬਹਿ ਗਏ। ਹਾਂ ਜੇ ਜੇ ਉਹ ਜਿਹਾ ਮਜ਼ਾਕ ਹੁਣ ਹੋ ਜੇ, ਹੁਣ ਤਾਂ ਪਤਾ ਨੀ ਜੀ, ਹੁਣ ਤਾਂ ਲੜ ਛੱਡ ਛੜਈਆ ਤੱਕ ਜਾਊਗਾ, ਹਾਂ ਹੁਣ ਤਾਂ ਲੜ ਪੈਣਾ। ਉਹ ਉਹਨਾਂ ਨੂੰ ਗਾਲ ਦੇਵੇ ਬੁਰੇ ਹਾਲ, ਕਹਿੰਦੀ ਉਹ ਕਹਿੰਦੀ ਅਸੀਂ ਕੀ ਤੈਨੂੰ ਕਿਹਾ ਕਰਿਆ ਸੀ, ਇੱਦਾਂ ਇਹਨਾਂ ਵਾਸਤੇ ਕਰਿਆ ਸੀ, ਇਹ ਕਹਿੰਦੀ ਆਪਦੀ ਹਿਸ਼ਿਆਰੀ ਖੇਡ ਗਏ ਤੈਨੂੰ ਫਸਾ ਤਾ। ਵਿਚੋਲੇ ਨੇ ਫਿਰ ਤੁਹਾਨੂੰ ਕੀ ਕਿਹਾ, ਤੁਹਾਨੂੰ ਕੀ ਕਹਿਣਾ ਜੀ, ਉਹਨਾਂ ਨੂੰ ਦੇਣ ਲੱਗ ਗਿਆ ਗਾਲਾ। ਉਹ ਵੀ ਇੱਕ ਘਰ ਉੱਥੇ ਵਿਆਹਿਆ ਹੋਇਆ ਜੀ, ਉਸੇ ਘਰ, ਉਹ ਵੀ ਸਾਲੀਆਂ ਉਹਦੀ ਲੱਗਦੀਆਂ ਹੁੰਦੀਆਂ, ਹਾਂ ਉਹ ਵੀ ਸਾਲੀਆਂ ਲੱਗਦੀਆਂ ਹੁੰਦੀਆਂ। ਫਿਰ ਤਾਂ ਹੋਣਾ ਹੀ ਸੀ ਕੰਮ ਇਹ ਜਿਹਾ, ਕੰਮ ਹੋ ਗਿਆ, ਤੁਸੀਂ ਤੁਹਾਡੀ ਬੱਚਤ ਰਹਿ ਗਈ ਸੀ। ਮੈਂ ਲੜ ਚੱਕ ਕੇ ਦੇਖ ਲਿਆ, ਮਹਾਂ ਵੀ ਇਹਦਾ ਕੰਮ ਖਰਾਬ ਹੈ, ਇਹਦੇ ਤਾਂ ਰੱਸੀਆਂ ਪਾਈਆਂ ਪਈਆਂ ਨੇ, ਚਾਦਰ ਵਧੀਆ ਵਿਛਾਈ ਹੋਈ ਉਹਤੇ ਸੋਹਣੀ, ਤੇ ਅਸੀਂ ਪੁਰਾਣੇ ਤੇ ਚਾਦਰ ਵਿਛਾਈ ਤੂੰ ਉਹਤੇ ਬਹਿ ਗਏ। ਉਹ ਵਿਚੋਲਾ ਕਹਿੰਦਾ ਯਾਰ ਤੁਸੀਂ ਹਜੇ ਦੇ ਕਿਉਂ ਬੈਠਾ, ਇੱਥੇ ਬੈਠੋ ਜਿਹੜਾ ਵਧੀਆ ਚਾਦਰ ਵਿਛਾਈ ਵਾਲਾ, ਉਹਨੂੰ ਪਤਾ ਨਹੀਂ ਜੀ। ਉਹ ਜਦੋਂ ਬੈਠਣ ਲੱਗਿਆ ਜੀ, ਟੰਗਾ ਤਾਂ ਤਾਹਾਂ ਇੱਕ ਬਾਈ 'ਤੇ ਰਹਿ ਗਈਆਂ, ਸਿਰਫ ਦੂਜੀ ਬਾਈ 'ਤੇ ਰਿਹਾ, ਥੱਲ ਵਿਚਾਰਾ ਥੱਲੇ ਜਾ ਵੜਿਆ। ਉਹ ਗਾਲਾਂ ਦੇ ਬੁਰੇ ਹਾਲ ਉਹਨਾਂ ਨੂੰ ਬਈ, ਉਹ ਕਹਿੰਦੇ ਅਸੀਂ ਕੀ ਤੈਨੂੰ ਕਰਿਆ ਜੀ, ਇੱਦਾਂ ਇਹਨਾਂ ਨੂੰ ਝੇੜ ਕਰੀ ਤੀ। ਲੜਾਈ ਲੜਾਈ ਹੋ ਗਈ ਤਾਂ ਠੀਕ ਆ, ਬੰਦਾ ਬਾਅਦ ਚ ਬੋਲ ਵੀ ਪੈਂਦਾ। ਹੁਣ ਬਹੁਤ ਤਾਂ ਇਹੋ ਜਿਹੇ ਨੇ ਵੀ ਉਹ ਮੁੜ ਕੇ ਜਾਂਦੀ ਨੀ ਉੱਥੇ, ਸਹੁਰੇ ਜੇ ਸਹੁਰੇ ਨਾਲ ਹੋ, ਸਹੁਰਿਆਂ ਵੱਲੋਂ ਹੋਇਆ ਤਾਂ ਮੁੜ ਕੇ ਜਾਂਦੀ ਨੀ ਛੇਤੀ ਛੇਤੀ, ਬਸ਼ਰਮੀ ਹੁੰਦੀ ਆ। ਉਦੋਂ ਬਸ਼ਰਮੀ ਬਸ਼ਰਮੀ ਕਾਹਨੂੰ ਹੁੰਦੀ ਹੁੰਦੀ, ਉਦੋਂ ਮਖੌਲ ਕਰਦੀਆਂ ਹੁੰਦੀਆਂ, ਦਿਓਰ ਭਰਜਾਈਆਂ ਦੇ ਕਿਹੋ ਜਿਹੇ ਮਜ਼ਾਕ ਹੁੰਦੇ ਸੀ। ਇਹਨੂੰ ਵਿਆਹੁਣ ਲੱਗ ਗਏ, ਆਈਨੂੰ ਵਿਆਹੁਣ ਗਏ ਤੇ ਉਹ ਮੇਰੇ ਕੋਲ ਟੇਬ ਰਿਕਾਰਡ ਤੀ, ਉਦੋਂ ਆਈ ਆਈ ਦੀ ਰਿਕਾਰਡ ਕਰਦੀ ਤੀ ਉੱਥੇ, ਬਈ ਅਸੀਂ ਤਾਂ ਬਰਾਤ ਦੇ ਵਿੱਚ ਉੱਥੇ ਲਾ ਲਈ ਸਪੀਕਰ, ਸਪੀਕਰ ਚਲਾ ਕੇ ਮੈਕ ਚਲਾ ਤੀ, ਬੁੜੀਆਂ ਤਾਂ ਟਾਕੀਆਂ 'ਚ ਆ ਖੜੀਆਂ ਵੀ ਇਹ ਤਾਂ ਜਨਾਨੀਆਂ ਨਾਲ ਆਈਆਂ ਨੇ। ਉਹਦੇ ਜਨਾਨੀ ਕਾਹਨੂੰ ਹੁੰਦੀ ਤੀ, ਉਹ ਦੋਹੇ ਭਰੇ ਉੱਥੇ ਮੇਰੇ ਸਾਲੀਆਂ ਦੇ, ਉਹਦੇ ਆ ਕੇ ਇਹ ਤਾਂ ਜਨਾਨੀਆਂ ਲੈ ਕੇ ਆਏ ਨੇ। ਉਹ ਭਰੀ ਹੋਈ ਦੀ ਟੇਪ 'ਚ ਉਹ ਰਿਕਾਰਡ ਕਰਦੀ ਤੀ, ਉਹ ਭਾਈ ਸਾ ਜਿੰਨੇ ਦਿਨ ਸਾਥੋਂ ਉਹਨਾਂ ਨੇ ਉਹ ਟੇਪ ਨਹੀਂ ਫੜੀ, ਸੁਣੀ ਨਹੀਂ ਰੀਲ ਸਾਨੂੰ, ਕਹਿੰਦੀ ਸਾਨੂੰ ਤਾਂ ਇਹ ਦਿਓ ਸੁਣਨ ਵਾਸਤੇ, ਫਿਰ ਘੰਟਾ ਸੁਣ ਕੇ ਫਿਰ ਸਾਨੂੰ ਫੜਾਈ। ਜਿਵੇਂ ਤੁਸੀਂ ਜਨਾਨੀ ਵਾਲੀ ਗੱਲ ਕੀਤੀ ਹੋਈ, ਪਹਿਲਾਂ ਵਿਆਹਾਂ ਦੇ ਵਿੱਚ ਲੈ ਕੇ ਨਹੀਂ ਜਾਂਦੇ ਸੀਗੇ, ਉਹਦਾ ਕੀ ਕਾਰਨ ਸੀਗਾ, ਕਿਵੇਂ ਕੀ? ਜਿਵੇਂ ਵਿਆਹਾਂ ਦੇ ਵਿੱਚ ਬੁੜੀਆਂ ਨੂੰ ਲੈ ਕੇ ਨਹੀਂ ਜਾਂਦੇ ਸੀਗੇ, ਵੀ ਇਕੱਲੇ ਬੰਦੇ ਹੀ ਜਾਂਦੇ ਹੁੰਦੇ ਸੀਗੇ, ਹਾਂ ਬੁੜੀ ਨਹੀਂ ਕੋਈ ਜਾਂਦੀ, ਕੀ ਕਾਰਨ ਸੀ ਉਹਦਾ?
ਕੀ ਪਤਾ ਜੀ ਉਦੋਂ 50 ਰੁਪਏ ਬੁੜੀਆਂ ਨੂੰ ਬਰਾਬਰ ਲਿਜਾਂਦੇ ਨੀ। ਦੂਜੀ ਗੱਲ ਇਹ ਸੀ ਅੱਗੇ ਉੱਠ ਘੋੜਿਆਂ ਦੇ ਬਰਾਤਾਂ ਜਾਂਦੀਆਂ, ਉੱਥੇ ਬੰਦੇ ਹੀ ਚੜ੍ਹਦੇ ਉੱਠ ਘੋੜਿਆਂ ਤੇ, ਬਸ ਉਹਨੂੰ ਜਿਹੜੇ ਬਿਓਲੀ ਨੂੰ ਉਹਨੂੰ ਰੱਥ ਚ ਲਿਆਉਂਦੇ, ਉਹਨੂੰ ਉਸ ਘੋੜੇ ਤੇ ਨਹੀਂ ਚੜ੍ਹਾਉਂਦੇ ਤੇ ਉਹਨਾਂ ਨੂੰ ਰੱਥਾਂ ਚ ਲਿਆਉਂਦੇ, ਬਸ ਆਹੀ ਕੰਮ ਤੇ ਵੀ ਬੁੜੀਆਂ ਨੂੰ ਤਾਂ ਨਹੀਂ ਲਿਜਾਂਦੇ ਜੇ। ਵੈਸੇ ਬਰਾਬਰ ਦਾ ਮੁੰਡੇ ਦੋ ਇੱਕੋ ਜਿਹੇ ਹੁੰਦੇ, ਉਹਦੇ ਵਿੱਚ ਕੋਈ ਕਾਣ ਮਾਣ ਹੋਵੇ ਬਿਓਲੇ ਦੇ ਵਿੱਚ ਤਾਂ ਉਹ ਸਰਵਾਲੇ ਨੂੰ ਨਾਲ ਉਹ ਆਨੰਦ ਕਾਰਜ ਦਿੱਤੇ ਜਾਂਦੇ ਨੇ, ਹੋਰ ਕੋਈ ਗੱਲ ਨੀ ਤੀ ਏਡੀ। ਉਹ ਜਦੋਂ ਉਹ ਕਹਿ ਦਿੰਦੇ ਵੀ ਭਾਈ, ਪਹਿਲੀ ਗੱਲ ਤਾਂ ਕਹਿੰਦੇ ਵੀ ਮੁੰਡੇ ਦੇ ਵਿੱਚ ਕੋਈ ਕਸਰ ਹੈ, ਉਹ ਲੜਕੀਆਂ ਉੱਥੋਂ ਦੀਆਂ ਫਿਰ ਉਹ ਲੱਕ ਲੁੱਕ ਮਿਣਦੀਆਂ, ਉਹ ਟੋਟਾ ਲੈਂਦੀਆਂ ਸਾਰਾ ਕੁਛ, ਉਹ ਕਹਿੰਦੇ ਨਹੀਂ ਫਿੱਟ ਫਾਟ ਹੈ, ਠੀਕ ਠਾਕ ਹੈ। ਇਹ ਵੀ ਸਿਸਟਮ ਹੁੰਦਾ ਸੀ, ਇਹ ਵੀ ਸਿਸਟਮ ਹੁੰਦਾ ਸੀ, ਉਹ ਮਿਣਦੇ ਮੁੰਡਦੇ ਨਾ ਸਾਰਾ ਕੁਛ, ਕਹਿੰਦੇ ਵੀ ਹਾਂ ਫਿੱਟ ਫਾਟ ਹੈ, ਠੀਕ ਹੈ, ਸਭ ਕੁਛ ਠੀਕ ਹੈ, ਨਹੀਂ ਮੁੰਡਾ ਕਾਮਯਾਬ ਹੈ। ਜੇ ਜੇ ਵੀ ਮਤਲਬ ਨਾ ਕਾਮਯਾਬ ਹੁੰਦਾ ਫਿਰ, ਫਿਰ ਨਾ ਕਾਮਯਾਬ ਹੁੰਦਾ ਵੀ ਸਰਵਾਲੇ ਨੂੰ ਜਾਂਦਾ, ਕੋਈ ਚਾਚੇ ਦਾ ਪੁੱਤ ਹੁੰਦਾ, ਮਾਸੀ ਦਾ ਪੁੱਤ ਹੁੰਦਾ, ਜਾਂ ਮਾਮੇ ਭੂਆ ਦਾ ਪੁੱਤ ਹੁੰਦਾ, ਘਰਦਿਆਂ ਚ ਵੀ ਹੁੰਦਾ ਜਾਣੇ, ਬਰਾਬਰ ਦੇ ਹੋਣਗੇ, ਫਿਰ ਇਹ ਵੀ ਮਤਲਬ ਠੈਂਕਦੇ ਹੋਣ ਇੱਕ ਦੂਜੇ ਨਾਲ ਵੀ, ਨਹੀਂ ਤੂੰ ਨੀ ਬਣਨਾ ਮੈਂ ਬਣੂਗਾ। ਕਈ ਵਾਰੀ ਝੇੜ ਕਰਨ ਦੇ ਮਾਰੇ ਮਾਮੇ ਦਾ ਪੁੱਤ ਜਾਂ ਭੂਆ ਦਾ ਪੁੱਤ ਮਾਸੀ ਦਾ ਪੁੱਤ ਇੱਕੋ ਜਿਹੇ ਹੁੰਦੇ ਨਾ, ਉਹ ਇੱਕੋ ਜਿਹੇ ਕੱਪੜੇ ਪਾ ਲੈਂਦੇ, ਉੱਥੇ ਜਾ ਕੇ ਉਹ ਪਛਾਣ ਨਾ ਆਉਂਦੇ ਪਰਾਉਣਾ ਕਿਹੜਾ, ਦੋਹਾਂ ਕਲਗੀ ਲਾ ਕੇ ਉਹ, ਹਾਂ ਪਰ ਹੁਣ ਤਾਂ ਸਰਵਾਲੇ ਦੇ ਹੁਣ ਵੀ ਲੱਗੀ ਹੁੰਦੀ ਆ ਕਲਗੀ, ਉਹ ਉਹਦੇ ਸਿਰ ਤੇ ਵੀ ਹੱਥ ਧਰੀ ਜਾਂਦੇ ਆ, ਕੋੜੇ ਪਰਾਉਣਾ ਤਾਂ ਸੋਹਣਾ ਹੈ, ਉਹ ਕਹਿੰਦਾ ਵੀ ਮੈਂ ਨੀ ਹੈਗਾ ਪਰਾਉਣਾ ਤਾਂ ਇਹ ਹੈ। ਹਾਸੀ ਮਜ਼ਾਕ ਅੱਜ ਦਾ ਬਹੁਤ ਕੁਛ ਬਦਲ ਗਿਆ, ਅੱਜ ਦਾ ਸਿਰ ਪਾਟਣ ਤੱਕ ਜਿਵੇਂ ਪਹਿਲਾਂ ਹਾਸੀ ਮਜ਼ਾਕ ਦੀ ਗੱਲ ਕਰਕੇ ਹਟੇ ਆਂਗੇ ਵੀ ਇਹੋ ਜਿਹੇ ਹੁੰਦੇ ਸੀ ਪਹਿਲਾਂ ਤੇ ਅੱਜ ਇਹੋ ਜਿਹੇ ਨੇ, ਉਦੋਂ ਤਾਂ ਕੁਛ ਵੀ ਕਰੀ ਜਾਂਦੇ ਜੇ ਸੁਰਮਾ ਲੈ ਕੇ ਭਰਜਾਈ ਜਦੋਂ ਐਂ ਖੜ ਜਾਂਦੇ, ਉਹ ਦੇਖੀ ਅੱਖ 'ਚ ਨਾ ਮਾਰੀ ਕਿਤੇ, ਐਂ ਨੱਕ ਤਾਂ ਕਹੀ ਦਿੰਦੇ, ਉਹ ਕਹਿੰਦੀ ਨਹੀਂ ਤੂੰ ਟਿਕ ਕੇ ਬਹਿ ਜਾ, ਧਾਰੀ ਬੰਨ ਕੇ ਪਾਊ, ਨਹੀਂ ਸਾਰੇ ਅੱਖ ਤੇ ਖਿੰਡ ਜੂਗਾ, ਜੇ ਬਾਹਲਾ ਉਹ ਕਰੇਗਾ ਹੱਲੇ ਚੱਲੇਗਾ, ਐਂ ਇੰਨੇ ਜਿਹਾ ਮਕੌਲ ਜੇ ਹੁੰਦੇ ਅੱਗੇ ਤਾਂ। ਬਾਪੂ ਜੀ ਕਿੰਨੀ ਉਮਰ ਹੋ ਗਈ ਤੁਹਾਡੀ? 81। 81 ਕਿੰਨਾ ਪੜ੍ਹੇ ਹੋ? 10। 10 ਪੜ੍ਹੇ ਹੋਗੇ, ਉਦੋਂ 10 ਪੜ੍ਹੀਆਂ, ਅੱਜ ਦੇ ਕਿੰਨੀ ਕਿਹੜੇ ਮਤਲਬ ਕਲਾਸ ਦੇ ਬਰਾਬਰ ਸੀਗੀਆਂ, ਜਿਵੇਂ ਅੱਜ ਕਹਿੰਦੇ ਨੇ BA ਦੇ ਬਰਾਬਰ ਆ ਗਏ, ਪੰਜਵੀਂ ਆ ਜਿਹੜੀ ਉਹ 10ਵੀਂ ਦੇ ਬਰਾਬਰ ਆ ਗਈ, ਉਦੋਂ ਤਾਂ ਜੀ ਜੇ ਪੰਜ ਬੰਦਾ ਪੜ੍ਹ ਜਾਂਦਾ ਕਾਨੂੰ ਕੋ ਬਟਵਾਈ ਲੱਗ ਜਾਂਦਾ, ਅੱਜ ਡਿਗਰੀਆਂ ਕਰਕੇ ਵੀ ਨਹੀਂ ਲੱਗਦੇ, ਨਹੀਂ ਲੱਗਦੇ ਜੀ, ਠੀਕ ਹੈ, ਲੱਗਦਾ ਵੀ ਪੜ੍ਹਾਈ ਦਾ ਮੁੱਲ ਸੀ ਉਦੋਂ, ਰਿਸ਼ਵਤ ਚੱਲ ਪਈ ਜੀ ਹੁਣ, ਉਦੋਂ ਉਦੋਂ ਸਰਕਾਰ ਨੇ ਲੋੜ ਸੀ ਉਦੋਂ, ਹਾਂ, ਨਾ ਪਟਵਾਰੀ ਮਿਲਦਾ ਸੀ ਨਾ ਫੌਜ, ਫੌਜ 'ਚ ਬੰਦਾ ਮਿਲਦਾ ਸੀ, ਨੌਜਵਾਨਾਂ ਨੂੰ ਨਸ਼ਾ ਹੁੰਦਾ ਸੀਗਾ, ਜਿੰਨਾ ਕੰਮ ਕਰੂ ਓਨਾ ਨਸ਼ਾ, ਇਹ ਜੀ ਗੱਲ ਸੁਣੋ, ਪਹਿਲਾਂ ਜਦੋਂ ਖੇਤੀ ਦਾ ਕੰਮ ਸੀ ਜ਼ਿਆਦਾ ਔਖਾ ਬੜਾ ਸੀਗਾ, ਕਣਕ ਬੜੇ ਸਾਰੇ ਸਾਧਨ, ਉਦੋਂ ਨਸ਼ਾ ਖਾਂਦੇ ਫੀਮ ਵਾਲੀ ਸੀ, ਕਣਕ ਬੰਨੀ ਕਿਹਾ ਸੌਖੀ ਸੀ, ਬਹੁਤ ਔਖੀ ਸੀ, ਅੱਠਵੇਂ ਮਾੜੀ ਮੋੜੀ ਸ਼ਰਾਬ ਪੀ ਕੇ ਉਹ ਕਰਦਾ ਨਿਕਲ ਜਾਂਦਾ,
ਨੰਬਰ 9 ਬੰਦਾ ਘਿਓ ਪੀ ਜਾਂਦਾ, ਸ਼ੱਕਰ ਸ਼ੱਕਰ ਪਾ ਕੇ ਘਿਓ ਪਾ ਕੇ ਪਾਈਆ ਪਾਈਆ ਘਿਓ ਪੀ ਜਾਂਦੇ, ਕਰਕੇ ਫਿਰ ਉਹੀ ਠੀਕ ਹੋ ਜਾਂਦਾ। ਉਹ ਕੰਮ ਬਾਹਲਾ ਔਖਾ ਜੀ, ਹੁਣ ਤਾਂ ਸਾਰੇ ਵਿਹਲੇ ਨੇ। ਜਿੰਨਾ ਮੈਂ ਕੰਮ ਕਰਿਆ ਮਤਲਬ ਇੰਨਾ ਕਿਸੇ ਨੇ ਨਹੀਂ ਕਰਿਆ ਹੋਣਾ। ਇੱਥੇ 20 ਸਾਲ ਦਾ ਮੈਂ ਟਰੈਕਟਰ ਪਾਇਆ ਇੰਟਰਨੈਸ਼ਨਲ, ਹਾਂ, ਅਤੇ ਅੱਜ ਸਾਡੀ ਚੱਕੀ ਬਣੀ, ਚੱਕੀ 20 ਸਾਲ ਤੋਂ ਲਾਈ ਹੈ। ਖੇਤੀ ਸਾਡੇ ਕੋਲ 60 ਕਿੱਲੇ ਜ਼ਮੀਨ ਦੇ ਨੇ, ਅਤੇ ਖੇਤੀ ਕਰੀਏ ਬੜਾ ਸਾਡਾ ਤਕੜਾ ਬਹੁਤ ਹੀ ਗਾ। ਉਦੋਂ ਮਤਲਬ ਵੀ ਉਹ ਹਲ ਹੁਲ ਵੀ ਵਾਹਿਆ ਤੁਸੀਂ? ਨਹੀਂ ਮੈਂ ਹਲ ਨਹੀਂ ਵਾਹਿਆ। ਅੱਛਾ, ਮੈਂ ਉਤਲਾ ਕੰਮ ਕਰਿਆ, ਨਰਮਾ ਕੁੱਟਣਾ, ਹਾਂ, ਚਰੀ ਕੁੱਟਣਾ। ਹਲ ਵਾਲਾ ਹੈਗੀ ਤਾਂ ਹੈਗੀ ਸੀ ਉਦੋਂ ਖੇਤੀ, ਵੀ ਹਲ ਚੱਲਦੇ ਹੁੰਦੇ ਸੀ? ਦੋ ਹਲ ਦੋ ਸੀਗੀ ਹੁੰਦੇ, ਇੱਕ ਨੌਕਰ ਹੁੰਦਾ, ਇੱਕ ਪਾਲੀ ਹੁੰਦਾ ਮਾਲ ਦਾ। ਅੱਛਾ, ਦੋ ਹਲ ਹੁੰਦੇ। ਕਿੰਨੇ ਭਾਈ ਸੀ ਤੁਸੀਂ? 3 ਭਰਾ ਸੀ, ਤੇ ਅੱਗੇ ਬਾਪੂ ਹਰੀ? ਬਾਪੂ ਇਕੱਲਾ ਸੀ, ਬਾਬਾ ਵੀ ਇਕੱਲਾ ਸੀ। ਅੱਛਾ, ਸਾਡਾ ਬਾਬਾ ਦਾ ਬਾਪੂ ਵੀ ਇਕੱਲਾ ਸੀ, ਅਸੀਂ 3 ਨਾਲ। ਅਸੀਂ ਬਜ਼ੁਰਗਾਂ ਨਾਲ ਕਈ ਪਿੰਡਾਂ ਦੇ ਵਿੱਚ ਇਦੋਂ ਪਹਿਲਾਂ ਮਿਲ ਚੁੱਕੇ ਹਾਂਗੇ। ਉਹ ਜਦੋਂ ਪੁੱਛਦੇ ਆ ਉਹ ਕਹਿੰਦੇ ਵੀ 5-5 ਭਾਈ ਹੁੰਦੇ ਸੀ, 6-6 ਭਾਈ ਹੁੰਦੇ ਸੀਗੇ, 7-7 ਵੀ ਨੇ, 6-6 ਵੀ ਨੇ ਹੈਗੇ ਸੀ। ਸਾਡੀ ਪੀੜ੍ਹੀ ਕੰਨਾਂ ਦੀ ਆਉਂਦੀ ਸੀਗੀ। ਅੱਛਾ, ਅਤੇ ਹੁਣ ਗਾਂ 3 ਭਰਾ ਮੇਰੇ ਹਿਸਾਬ ਨਾਲ, 3 ਕੁੜੀਆਂ ਕੁੜੀਆਂ ਨੇ, 3 ਵਿਆਹ ਤੀਆਂ, ਦੂਜੇ ਭਾਈਆਂ ਦੇ 2 ਮੁੰਡੇ ਨੇ, ਇੱਕ ਦੇ 2 ਮੁੰਡੇ ਨੇ, ਇੱਕ ਦੇ ਸਮਝਾ 2 ਮੁੰਡੇ 1 ਕੁੜੀ ਹੈ। ਤੁਸੀਂ ਜਿਵੇਂ ਪਹਿਲਾਂ ਦੱਸ ਕੇ ਹਟੇ ਹੋਗੇ ਨੌਕਰੀ ਦਾ, ਜਿਵੇਂ 5 ਪੜ੍ਹਿਆ ਜਿਹੜਾ ਉਹ ਕਾਨੂੰ ਕੋਲ ਲੱਗ ਜਾਂਦਾ ਸੀ, ਡੀਸੀ ਲੱਗ ਜਾਂਦੇ ਸੀਗੇ, ਤੁਸੀਂ ਨਹੀਂ ਕਿਸੇ ਪਾਸੇ ਫਿਰ ਟਰਾਈ ਕੀਤਾ ਸੀਗਾ? ਨਹੀਂ, ਸਾਡੇ ਫਿਰ ਉਦੋਂ ਕੰਮ ਖੜਦਾ ਨਹੀਂ, ਸਾਡਾ ਬੜਾ ਝੱਲਾ ਰਹਿਣ ਲੱਗ ਗਿਆ। ਅੱਛਾ, ਫਿਰ ਮੈਨੂੰ ਕੰਮ ਕਰਨਾ ਪੈ ਗਿਆ, ਸਰਦਾਂ ਦੀ ਖੁੱਲ੍ਹੀ ਜਾਇਦਾਦ ਵੀ ਚੱਲ ਆਪਾਂ ਨੇ ਨੌਕਰੀ ਲੈਣਾ। ਬਾਪੂ ਜਦੋਂ ਉਦੋਂ ਰਿਸ਼ਤੇ ਹੁੰਦੇ ਸੀ ਵਿਆਹਾਂ ਦੇ, ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਵਿਆਹ ਹੁੰਦਾ ਗਾ, ਅੱਜ ਦੇ ਟਾਈਮ ਦੇ ਵਿੱਚ 1,00,000 ਰੁਪਈਆ 1 ਕਿੱਲੇ ਦਾ ਕਰਖਿਆ ਗਾ ਜਾਂ 1.5 ਲੱਖ ਆ, ਅਤੇ ਉਹ ਦਿੰਦਾ ਵੀ ਫਿਰ ਉਹੀ ਜਿਹੜਾ ਬਰਾਬਰ ਦਾ ਹੁੰਦਾ ਗਾ ਕੁੜੀ ਵਾਲਾ, ਤੁਹਾਡੇ ਟਾਈਮ ਦੇ ਵਿੱਚ ਕੀ ਦੇਖ ਕੇ ਕਰਦੇ ਸੀ? ਸਾਡੇ ਤਾਂ ਘੋੜੀਆਂ ਜੋੜੀ ਦਿੱਤੀ। ਅੱਛਾ, 5-6-7 ਤੋਲਿਆਂ ਦੀ ਤਾਂ ਹੁੰਦੀ ਜੋੜੀ, ਹਾਂ, ਬਾਕੀ ਘੋੜੀ ਹੁੰਦੀ ਸੋਨਾ ਸਸਤਾ ਜੀ। ਉਦੋਂ ਮੇਰਾ ਖਿਆਲ ਆ ਵੀ ਜੋ ਮੇਰਾ ਵਿਆਹ ਸੀਗਾ ਸਾਰਾ 1,000 ਰੁਪਈਏ ਦਾ ਭਾਅ ਹੋਊਗਾ, ਸੋਨੇ ਦਾ ਤੋਲੇ ਦਾ। ਉਹਦੇ ਦੂਏ ਤੋਲੇ ਦੇ ਨਾ ਰੱਤੀਆਂ ਰੁੱਤੀਆਂ ਹਿਸਾਬ ਨਾਲ, ਹੁਣ ਤਾਂ 10 ਗ੍ਰਾਮ ਦਾ, 10 ਗ੍ਰਾਮ ਦਾ ਤੋਲਾ, ਹਾਂ। ਅਤੇ ਬਾਕੀ ਉਦੋਂ ਉੱਠ ਘੋੜੀਆਂ ਦੇ ਜਾਂਦੇ ਹੁੰਦੇ, ਹਾਂ, ਬਰਾਤ ਉੱਠਾਂ ਦੇ, ਉੱਠਾਂ ਘੋੜੀਆਂ ਦੇ ਬਰਾਤ ਜਾਂਦੇ। ਹੋਰ ਕੀ ਸਿਸਟਮ ਸੀਗਾ ਉਦੋਂ? ਹੋਰ ਉਹਦੇ ਬਾਅਦ ਫਿਰ ਸਮਝ ਲਓ ਬਸ ਜਾਣ ਲੱਗ ਗਏ, ਬਸ ਲਿਜਾਣ ਲੱਗ ਗਏ। ਅੱਛਾ, ਬਸ ਲਿਜਾਣ ਲੱਗ ਗਏ ਬਸ, ਅਤੇ ਫਿਰ ਉਦੋਂ ਬਾਅਦ ਸਮਝ ਲਿਆ, ਅਤੇ ਭਾਈ ਗੱਡੀਆਂ ਸਮਝ ਲਾ ਗੱਡੀਆਂ ਲਿਜਾਣ ਲੱਗ ਗਏ, ਹਾਂ, ਕਮਾਂਡਰ ਰਹੀਆਂ, ਹਾਂ। ਜਿਵੇਂ ਜਿਵੇਂ ਟਾਈਮ ਬਦਲੀ ਗਿਆ, ਟਾਈਮ ਬਦਲ ਗਿਆ, ਤਬਦੀਲੀ ਆਉਂਦੀ ਉਹ ਟਾਈਮ ਬਦਲ ਗਿਆ, ਬਸ ਆਹ ਚੀਜ਼ ਆ ਜੀ। ਉੱਥੇ ਹੋਰ ਕੀ ਹੈ? ਤੁਹਾਡਾ ਵਿਆਹ ਕਾਹਤੇ ਹੋਇਆ ਸੀਗਾ ਜਦੋਂ ਤੁਸੀਂ ਬੇਬੇ ਨੂੰ ਲੈਣ ਗਏ ਹੋ? ਹੈਂ, ਖੁਰਾਕਾਂ ਸਾਡੇ ਘਰ ਦਾ ਘਿਓ ਬਣਾ ਬਹੁਤ ਵਧੀਆ, ਜੇ ਸੁੱਕਾ ਪੀ ਜਾਂਦੇ ਕੋਈ ਤਕਲੀਫ ਨੀ ਹੁੰਦੀ।
ਚੰਗੀ ਬਾਜਰੀ ਦੀ ਰੋਟੀ, ਮੱਕੀ ਦੀ ਰੋਟੀ, ਮੱਖਣੀ, ਲੱਸੀ, ਤਾਕਤਵਰ ਚੀਜ਼ਾਂ ਦੀਆਂ ਕਿਹੜਾ ਖਾ ਲਾਂ ਤੇ ਮੁੜ ਕੇ ਭੁੱਖ ਨਹੀਂ ਲੱਗਦੀ ਸੀ। ਹੁਣ ਤਾਂ ਕਈ ਵਾਰ ਖਾ ਲਾ ਫਿਰ ਵੀ ਭੁੱਖ ਲੱਗੇਗੀ, ਤਾਕਤ ਹੀ ਨਹੀਂ ਹੁਣ। ਹੁਣ ਪਹਿਲਾਂ ਉਹ ਲੱਸੀਆਂ ਕਾੜਨ ਵਾਲੀਆਂ ਲੱਸੀਆਂ ਹੁੰਦੀਆਂ ਸੀਗੀਆਂ, ਜਿਵੇਂ ਲਾਲ ਜਿਹੀਆਂ ਲੱਸੀਆਂ ਹੋ ਜਾਂਦੀਆਂ ਸੀਗੀਆਂ, ਉਹ ਤਵੜੇ 'ਚ ਧਰਦੇ ਜੀ, ਤਵੜੇ 'ਚ ਧਰਦੇ ਦੁੱਧ ਪਾ ਕੇ ਵਿੱਚ ਪਾਣੀ ਪਾ ਕੇ ਨਾ, ਉਹ ਰਿੱਝੀ ਜਾਂਦੀ ਸਾਰਾ ਦਿਨ, ਲਾਲ ਹੋ ਜਾਂਦੀ। ਫਿਰ ਉਹ ਸ਼ਾਮ 4 ਵਜੇ ਤਵੜੀਆਂ ਵਾਲਾ ਬੇੜਾ ਕਹਿੰਦੇ ਉਦੋਂ ਵੀ ਤਵੜੀ ਦਾ ਦੁੱਧ ਵੀ ਲਾ ਲਿਆ, ਬੁੜੀ ਪਾ ਕੇ ਦੇਣ ਦੀ ਗਲਾਸ ਦਾ ਬਾਟੀ 'ਚ ਪੀ ਜਾਂਦੇ, ਬੜੇ ਸਵਾਦ ਹੁੰਦਾ, ਤਾਕਤ ਵਾਲੀ ਚੀਜ਼ ਜੀ। ਹੁਣ ਤਾਂ ਉਹ ਚੀਜ਼ਾਂ ਹੀ ਨਹੀਂ ਰਹੀਆਂ, ਉਹ ਜੀ ਨਹੀਂ ਹਨ ਜੀ, ਹਾਂ ਨਾ ਉਹੋ ਜਿਹੇ ਦੁੱਧ ਘਿਓ ਰਹੇ ਨੇ, ਕਿਉਂਕਿ ਹੁਣ ਤਾਂ ਜੀ ਆਪਾਂ ਦੁੱਧ ਚੋਣੇ ਵੀ ਆਗੇ ਤਾਂ ਗਾਹਾਂ ਪਸ਼ੂ ਨੂੰ ਕੋਈ ਉਹੋ ਜਿਹਾ ਕੈਮੀਕਲ ਵਾਲਾ ਨੀਰੇ ਚਾਰੇ ਹੋ ਗਏ। ਨਹੀਂ ਬਚ ਬਚ ਹੈਗੇ ਜੀ, ਕੋਈ ਇਹੋ ਜੀ ਗੱਲ ਨਹੀਂ, ਜਿਹੜੇ ਹੁਣ ਆਪਾਂ ਟੂੜੀ ਰਲਾ ਕੇ ਵਿੱਚ ਹਰਾ ਰਲਾ ਦਈਏ, ਫੀੜ ਫੂੜ ਰਲਾ ਦਈਏ, ਦੁੱਧ ਤਾਂ ਠੀਕ ਹੈ ਵਿੱਚ 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 ਆਉਣ ਲੱਗ ਗਿਆ, ਚਾਰ ਚੂੜ ਜਿਹਾ ਪਾਉਣ ਲੱਗ ਗਿਆ, ਉਹ ਦੁੱਧ ਉਹ ਮੁਸ਼ਕਿਲ ਹੁੰਦੀ ਉਹਦੀ। ਚਾਰ ਇਹ ਚਾਰ ਕਿਵੇਂ ਚੰਗਾ ਹੈਗਾ ਜਾਂ ਮਾੜਾ ਹੈਗਾ ਬਾਪੂ? ਆਪਾਂ ਤਾਂ ਚੰਗਾ ਨਹੀਂ ਸਮਝਦੇ ਜੀ। ਅੱਛਾ, ਮੈਂ ਤਾਂ ਚੰਗਾ ਸਮਝਦਾ ਨਹੀਂ, ਜਿਹੜਾ ਪਾਉਂਦਾ ਚੰਗੇ ਸਮਝੂ ਤਾਂ ਆਪਾਂ ਖੱਬਲ ਪਾਵਾਂਗੇ, ਖੱਬਲ ਬਲਕਿ ਮਿਲ ਲਊਗੀ। ਕੁੱਲ ਮਿਲਾ ਗੱਲ ਇਹ ਆ ਵੀ ਨੌਜਵਾਨਾਂ ਨੇ ਕੰਮ ਸੌਖਾ ਕਰ ਲਿਆ, ਹੁਣ ਆਪਾਂ ਗੰਡਾ ਖਾਵਾਂਗੇ, ਗੰਡੇ 'ਚ ਆਊ ਨੀ ਲਫਟ ਮੂੰਹ ਚੋਂ, ਆਊਗੀ ਨਾ, ਬੰਦਾ ਬੀੜ ਪੀਂਦਾ ਉਹ 'ਚ ਵੀ ਉਹ ਮੁਸ਼ਕ ਆਊਗੀ। ਐਂ ਵੀ ਦੇਹੀ ਚੀਜ਼ ਖਾ ਲਿਆ ਉਹਦਾ ਉਹੋ ਜਿਹੀ ਆਊਗੀ, ਉਹੀ ਗੱਲ ਇਹ ਪਸ਼ੂਆਂ ਦਾ। ਉਦੋਂ ਔਖੇ ਕੰਮ ਤੇ ਜਿਹੜੇ ਮੇਰੇ ਪਹਿਲਾਂ, ਹੁਣ ਤਾਂ ਸਰਦਾਰੀ ਕਰਦੇ ਨੇ ਵਿਹਲੇ ਲੋਕ ਜਮਾਂ। ਉਮਰਾਂ ਕਿਵੇਂ ਘਟਦੀਆਂ ਜਾਂਦੀਆਂ ਨੇਗੀਆਂ? ਉਮਰਾਂ ਜੀ ਜਿਹੜੀ 50 ਸਾਲ ਹੀ ਰਹਿ ਗਈ ਹੁਣ ਤਾਂ, 50-60 ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਦੀ ਉਮਰ ਤਾਂ ਬਹੁਤ ਹੈ ਹਜੇ, ਜਿਹੜੇ ਹੁਣ ਉਮਰ 'ਚ 12 ਤਾਂ ਤੁਸੀਂ ਐਂ ਲਾ ਲਓ 20 ਸਾਲ ਦਾ ਮੁੰਡਾ, ਉਹਦੀ ਨਿਗਾਹ ਘੱਟ ਜਾਂਦੀ ਹੈ, ਘੱਟ ਜਾਂਦੀ ਹੈ। ਅਤੇ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਦੀ ਕੋਈ ਨਿਗਾਹ ਘੱਟੀ ਨਹੀਂ ਕਦੇ, ਮੈਂ ਦੱਸਦਾ। ਬਾਕੀ ਖੁਰਾਕਾਂ ਦਾ ਫਰਕ ਪੈ ਗਿਆ, ਅੱਗੇ ਅੱਗੇ ਬਲੇਵੇਂ ਪਾਉਂਦੇ ਪਸ਼ੂਆਂ ਨੂੰ, ਬਲੇਵਾਂ ਦਾ ਖਲ ਪਾਉਂਦੇ ਅਤੇ ਦੁੱਧ ਵਧੀਆ ਹੁੰਦਾ ਮਿੱਠਾ। ਮੈਂ ਐਡਾ ਹੋ ਗਿਆ ਜੀ ਸਮਝਦਾ, 81 ਸਾਲ ਦਾ, ਮੈਂ ਦੁੱਧ 'ਚ ਪਾ ਕੇ ਮਿੱਠਾ ਨਹੀਂ ਕਦੇ ਪੀਤਾ ਕਦੇ ਵੀ, ਜੇ ਮੈਂ ਹੁਣ ਵੀ ਫਿੱਕਾ ਪੀਊ, ਦੁੱਧ ਤਾਂ ਮਿੱਠਾ ਹੀ ਹੁੰਦਾ ਜੀ। ਫਿਰ ਉਹਦੀ ਮਠਿਆਸ ਵਧਾਉਣ ਵਾਸਤੇ ਉਹਦੇ ਵਿੱਚ ਖੰਡ ਪਾ ਲੈਂਦੇ ਨੇ, ਉਹ ਜ਼ਹਿਰ ਬਣ ਜਾਂਦਾ, ਉਹਦਾ ਜ਼ਹਿਰ ਬਣੂਗਾ, ਸ਼ੂਗਰ ਬਣੂਗਾ। ਮੈਂ ਜੇ ਕਿਸੇ ਪਾਸੇ ਹੀ ਵੱਜਦਾ ਨਾ, ਮੈਂ ਕਿਹਾ ਮੇਰੇ ਦੁੱਧ 'ਚ ਮਿੱਠਾ ਨਾ ਪਾਇਓ, ਫਿੱਕਾ ਬਣਾਇਓ, ਜੇ ਮਿੱਠਾ ਪਾ ਦੇਵਾਂ ਪੀਂਦਾ ਨਹੀਂ। ਫਿਰ ਜਿਵੇਂ ਉੱਧਰ ਬਜ਼ੁਰਗਾਂ ਨੇ ਦੱਸਿਆ, ਕਹਿੰਦੇ ਅਸੀਂ ਚਾਹ ਨਹੀਂ ਪੀਂਦੇ 10 ਸਾਲ ਵਾਂਗ ਹੋ ਗਏ, ਤੁਹਾਡਾ ਕਿਵੇਂ ਆਏ ਚਾਹ ਤਾਂ ਪੀ ਲੈਂਦੇ ਯਾਰ, ਥੋੜ੍ਹੀ ਪੀਂਦੇ ਹਾਂ ਘੱਟ, ਜੋ ਕੰਮ ਕਰ ਦਿੰਦੇ ਉਹਦਾ ਪੀ ਲੈਂਦੇ ਵੱਧ, ਅਤੇ ਹੁਣ ਨਹੀਂ। ਜੋ ਛੋਟਾ ਗਲਾਸ ਮਤਲਬ ਇੱਡਾ ਗਲਾਸ ਹੋਵੇ ਉਹਦਾ ਉਹਨਾਂ ਪੀ ਲੈਂਦੇ ਹਾਂ, ਮਿੱਠਾ ਘੱਟ। ਯਾਰੀਆਂ ਦੋਸਤੀਆਂ ਬਾਪੂ ਕਿਹੋ ਜਿਹੀਆਂ ਹੁੰਦੀਆਂ ਸੀ ਉਦੋਂ, ਖੇਡਦੇ ਸੀ ਬਚਪਨ ਸੀਗਾ ਖੇਡਾਂ? ਉਦੋਂ ਬੜਾ ਪ੍ਰੇਮ ਸੀ ਆਪਸ ਵਿੱਚ ਜੀ, ਰਾਤ ਨੂੰ ਖੇਡਣ ਵਗ ਜਾਂਦੇ ਆ, 2-2 ਕਿਲੋ ਮਿਰਚ ਟੱਪ ਜਾਂਦੇ ਕਣਕਾਂ ਬੀਜਦੀ ਰਾਤ ਨੂੰ, ਅੱਧੀ ਰਾਤ ਚਾਨਣੀ ਰਾਤ ਹੁੰਦੀ ਖੇਡੀ ਜਾਂਦੇ ਬਸ।
ਉਦੋਂ ਗੱਲਾਂ ਹਿੰਦੀਆਂ, ਹੁਣ ਤਾਂ ਬੰਦਾ ਨਾਲ ਦੇ ਦੋਸਤ ਹੀ ਮਾਰ ਦਿੰਦੇ ਨੇ ਨਾਲ ਖਾ ਕੇ। ਹਾਂ ਨਾਲ ਖਾ ਕੇ ਉਹ ਤਾਂ ਇੰਨੀ ਗੱਲ ਹੈ। ਇੱਕ ਜਿਹੜਾ ਇੱਕ ਇਹ ਸਿਸਟਮ ਵੀ ਹੈਗਾ, ਵਿਆਹ ਹੁੰਦਾ ਗਾ ਗੁਆਂਢੀ ਦਾ, ਠੀਕ ਆ, ਅਤੇ ਭਾਨੀ ਮਾਰਾ ਉੱਥੇ ਜਾ ਕੇ ਦਸ ਦਸ ਜਾਣੇ ਖੜੇ ਹੋਏ, ਉਦੋਂ ਇਹ ਚੀਜ਼ਾਂ ਹੈਗੀਆਂ ਸੀ ਭਾਨੀ ਮਾਰਾ ਵਾਲਾ ਸਿਸਟਮ? ਨਹੀਂ ਭਾਨੀ ਤਾਂ ਖੈਰ ਚੱਲਦੀ ਸੀ ਉਦੋਂ ਵੀ। ਅੱਛਾ, ਉਹ ਜਿਵੇਂ ਕਹਿੰਦੇ ਕਿ ਵੀ ਪਖਾਣਾ ਪਾਉਣ ਦਿੰਦੇ ਅੱਗੇ, ਜਿਵੇਂ ਮਿਰਗੀ ਜਿਵੇਂ ਸਾਗ ਹੋ ਗਿਆ ਮਿਰਗੀ ਹੜ ਚੁੱਕੇ। ਅੱਛਾ, ਹੋ ਕੇ ਕੀ ਗੱਲ ਆ, ਅੱਗੇ ਜਿਵੇਂ ਸਾਗ ਹੋ ਗਿਆ ਉਵੇਂ ਮਿਰਗੀ ਹੜ ਜੂ, ਵੀ ਉਹਨੇ ਮਿਰਗੀ ਜੀ ਉੱਠਦੀ ਸੀ ਬੰਦੇ ਨੂੰ, ਉਹ ਤਾਂ ਹੈਗੀ ਨਹੀਂ ਗੱਲਾਂ ਜੀ। ਜਾ ਕੇ ਐਂ ਮਾੜੀ ਗੱਲ ਕਹਿ ਦਿੰਦੇ, ਮਾੜੀ ਗੱਲ ਉਹ ਸਾਹਮਣੇ ਵਾਲਾ ਸਮਝ ਜਾਂਦਾ ਜਿਵੇਂ ਸਾਗ ਹੋਇਆ ਮਿਰਗੀ ਹੜ ਜੂ, ਇਹ ਗੱਲਾਂ ਆਈ ਜਾਂਦੀ ਖੈਰ। ਭਾਨੀ ਤਾਂ ਉਹਦੀ ਵੀ ਚੱਲਦੀ ਸੀ, ਪਰ ਇੰਨੀ ਜਿੰਨੀ ਨਹੀਂ ਪਹਿਲਾਂ ਉਦੋਂ ਬੰਦੇ ਮੋਹਿਆ ਹੈਗਾ ਜੀ। ਅਸੀਂ ਪਿੱਛੇ ਜੇ ਇੱਕ ਸੱਥ ਕੀਤੀ ਸੀ ਬਜ਼ੁਰਗਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਵੀ ਜਿਵੇਂ ਇੱਕ ਘਰ ਕਮਜ਼ੋਰ ਹੁੰਦਾ ਸੀਗਾ ਤਾਂ ਉਹਨੂੰ ਕਰਜ਼ਾ ਦੇਣ ਦੀ ਬਜਾਏ ਉਹਨੂੰ ਪੈਸੇ ਉਸ ਹਿਸਾਬ ਨਾਲ ਦੇ ਦਿੰਦੇ ਵੀ ਤੂੰ ਕਰ ਲਾ ਵਿਆਹ ਜਦੋਂ ਹੋਏ ਸਾਨੂੰ ਦੇ ਦੀ, ਪਰ ਜੇ ਹੁਣ ਦੇਖੀਏ ਜੇ ਕਿਸੇ ਦਾ ਹੁਣ ਹੁੰਦਾ ਹੋਵੇ ਹੁਣ ਫਿਰ ਵੀ ਕਹਿੰਦੇ ਨੇ ਨਾ ਇਹ ਤਾਂ ਹੋਣਾ ਨਹੀਂ ਚਾਹੀਦਾ। ਹਾਂ ਇਹ ਤਾਂ ਸਹੀ ਗੱਲ ਜੀ, ਇਹ ਐਂ ਜੀ ਹੁਣ ਪਹਿਲਾਂ ਬੜੇ ਦੱਸ ਦਿੰਦੇ ਜਿਹਦੇ ਘਰ ਮਤਲਬ ਕੋਈ ਚੀਜ਼ ਨਾ ਹੁੰਦੀ ਕੁੜੀ ਦਾ ਵਿਆਹ ਚੱਲ ਲੈਂਦਾ, ਨਾਲ ਤਾਂ ਹੋਰ ਥਾਂ ਮੰਗਾਉਂਦੇ ਕੁੜੀ ਨੂੰ, ਫਿਰ ਇੱਕ ਹੋਰ ਥਾਂ ਮੰਗਾਉਂਦੇ, ਬਰਾਤਾਂ ਦੋ ਆ ਜਾਂਦੀਆਂ, ਇਹ ਵੀ ਗੱਲ ਹੋਈ ਹੈ, ਦੋ ਬਰਾਤਾਂ ਆ ਜਾਂਦੀਆਂ, ਅਗਲਾ ਧੀ ਵਾਲਾ ਕਹਿੰਦਾ ਵੀ ਜਿਹਦਾ ਮੁੱਲ ਵੱਧ ਦੇਊਗਾ ਮੇਰੀ ਧੀ ਨੂੰ ਲੈ ਜਾਊਗਾ। ਹਾਂ ਇਹ ਵੀ ਹੈਗੇ ਹੁੰਦੀਆਂ ਵੇਚਣ ਵਾਲਾ ਕੰਮ। ਹਾਂ ਹਾਂ ਉਹ ਵੀ ਹੈਗਾ ਜੀ, ਸਹੀ ਗੱਲ ਹੈਗੀ, ਜਿਹੜੀ ਬਰਾਤ ਨੇ ਪੈਸੇ ਵੱਢ ਦਿੱਤੇ ਉਹ ਬਹਿ ਕੇ ਲੈ ਜਾਊ ਪੈਸੇ, ਕਹਿਣ ਮਾਂ ਪਿਓ ਲੈਂਦਾ ਸੀਗਾ ਕੁੜੀ ਦਾ। ਹਾਂ ਜੀ ਹਾਂ ਪਿਓ ਲੈਂਦਾ ਜੀ, ਜੇ ਕੋਈ ਗੁੰਜਾਇਸ਼ ਨਹੀਂ ਸੀ ਕੋਈ। ਹਾਂਜੀ ਹਾਂਜੀ, ਹੋਰ ਇਹੋ ਜਿਹੀਆਂ ਕੋਈ ਗੱਲਾਂ ਬਾਤਾਂ ਜਿਹੜੀਆਂ ਉਸ ਟਾਈਮ ਦੀਆਂ ਹੁੰਦੀਆਂ ਸੀਗੀਆਂ ਅੱਜ ਉਹ ਨਹੀਂ ਹੁੰਦੀਆਂ ਜਾਂ ਸੁਧਰ ਗਈਆਂ ਜਾਂ ਮਾੜੀ ਹੋਣਾ? ਮੇਰੀ ਗੱਲ ਸੁਣੋ, ਪਹਿਲਾਂ ਅਸੀਂ ਪੰਜਵੇਂ 'ਚ ਪੜ੍ਹਿਆ ਸੀ, ਪੰਜਵੇਂ 'ਚ ਫਿਰ ਬਲਾਡੇ ਜਾਣ ਲੱਗ ਗਏ, 7 ਕਿਲੋਮੀਟਰ ਜਾਣਾ ਤੁਰ ਕੇ, 7 ਆਉਣਾ ਰੋਜ਼ ਦਾ, ਤੁਰ ਕੇ ਜਾਂਦੇ ਟੱਬਿਆਂ ਵਿੱਚ ਜੀ ਬਲਾਡੇ। ਹਾਂ ਕੋਈ ਸੜਕ ਨਹੀਂ ਜੀ, ਸਾਈਕਲ ਮਿਲ ਜਦੋਂ 10 ਜਮਾਤਾਂ ਮੈਂ ਸਾਨੂੰ 10ਵੀਂ ਦਾ ਮੈਂ ਧਿਆਨ ਦਿੱਤਾ ਇੱਥੇ ਖਾਲਸਾ ਸਕੂਲ 'ਚ ਮਾਨਸਾ, ਉਹ ਸੈਂਟਰ ਮਿਲਦੇ ਸੀ, ਉਹ ਔਖਾ ਬਹੁਤ ਸੀਗਾ। ਫਿਰ 2 ਸ਼ਿਫਟਾਂ ਸਕੂਲ ਲੱਗਣ ਆ ਗਿਆ, ਅਤੇ ਦਿਨ ਸ਼ਿਫਟ ਜਾਂਦਾ ਜਿਹੜਾ ਸਮਝਦਾ ਉਹ 12:30 ਵਜੇ ਤੋਂ ਬਾਅਦ ਸਕੂਲ ਲੱਗਦਾ, ਦਿਨ ਸ਼ਿਫਟ ਜਾਂਦਾ। ਫਿਰ ਡਰਾਈਵ ਮਾਸਟਰ ਸਾਹਿਬ ਕਹਿੰਦਾ ਜਾਓ ਪਿੰਡਾਂ ਵਾਲਿਓ, ਝੋਲਾ ਚੱਕਦੇ ਸੀ ਭੱਜਦੇ, ਅਸੀਂ ਕਹਿੰਦੇ ਸਮਝ ਲਾ ਦੇ ਸੂਰਜ ਨੂੰ, ਹੁਣ ਬਸ ਐਂ ਦੇਖਦੇ ਮੂੰਹ ਮੂੰਹ ਦੇਖਦੇ ਕਿਤੇ ਨਾ ਪਿੰਡ ਆ ਜਾਂਦੇ, ਅਸੀਂ ਕਿੱਥੇ ਹੌਲੀ ਤੋਲ ਭੱਜੇ ਆਉਂਦੇ ਸੀ, ਬਸ ਉਹ ਦਮ ਨਹੀਂ ਚੜ੍ਹਦਾ ਸੀ ਖੁਰਾਕਾਂ ਹੋਈਆਂ, ਦਮ ਨਹੀਂ ਕਦੇ ਚੜ੍ਹਦੇ। ਮੈਂ ਕਰਾਹ ਲਾ ਰਿਹਾ ਸੀ ਮੋਹਰ 'ਚ ਉੱਚਾ, ਅੱਛਾ, ਪਰ ਮੈਂ ਖਾਦ ਦੇ ਲੈਵਲ ਨੂੰ ਰਾਹ ਬਣਾਤਾ, ਉਹ ਦੋ ਇੱਕ ਬੰਦਾ ਕਹਿੰਦਾ ਯਾਰ ਆਹ ਵੀ ਖਿੱਚੇ ਪੰਜ ਚਾਰ ਕਰਾ, ਜੇ ਮੈਂ ਤੀਜਾ ਬੈਕ ਲਾਇਆ ਤੀਜੀ ਵਾਰ ਐਂ ਤੇ ਬਠੋ ਉਹ ਥਾਂ ਫਿਰ ਸੀ ਗਿਆ, ਕਿਉਂ ਰਿਸ਼ਤਾ ਜੀ ਖਾਦ ਵਿੱਚ ਜਾ ਪਿਆ, ਤੇ ਮੁੱਢਾ ਵੱਜ ਗਿਆ ਛਾਤੀ ਮੁਸਕੇ ਨਾਲ ਲੱਗ ਗਈ, ਫਿਰ ਮੇਰਾ ਆਹ 4 ਗੰਢਾਂ ਉੱਤਰੀਆਂ ਗਈਆਂ।
ਸਲੇਜ ਲਾਵਾ ਕੇ ਮਾੜੀ ਜੀ ਊਂ ਠੀਕ ਸੀ ਮੈਂ ਬਚ ਗਿਆ। ਫਿਰ ਸਿੱਧਾ ਵੀ ਕਹਿ ਕੇ ਕਰਵਾਇਆ ਮਾਂ ਭਾਈ ਇਹਦੇ ਚਾਰ ਤਾਰ ਮਿੱਟੀ ਕੱਢੋ ਅਤੇ ਮੈਨੂੰ ਖਿੱਚਿਆ ਲਾ ਕੇ ਮਾਂ ਮੇਰੀ ਇੱਧਰੋਂ ਲੱਤ ਦਾਵ ਆ ਗਈ ਜੀ ਮਾੜੀ ਜੀ ਮੈਂ ਕਰ ਦਿਓ ਅੱਡ ਕਰੜਾ ਸੀ। ਹਾਂ ਅੱਡ ਕਰੜਾ ਸੀ। ਫਿਰ ਉੱਥੋਂ ਪਤਾ ਕੋਠਿਆਂ 'ਚੋਂ ਦੁੱਧ ਕਿਉਂ ਲਿਆਂਦਾ ਮੈਂ ਪੀ ਲਿਆ ਵਾ ਪਹਿਲਾਂ ਇੱਕ ਵਾਰ ਆਏ ਜੋ ਮੈਂ ਹਰ ਮੈਨੂੰ ਕੱਢ ਲਿਆ ਇੱਕ ਰਖ ਮੁੜਕ ਆ ਗਿਆ। ਸਕੂਲ ਟਾਈਮ ਦੀਆਂ ਕੋਈ ਹੋਰ ਯਾਦਾਂ ਕੋਈ ਜਿਵੇਂ ਹੁਣ ਹੁਣ ਵਾਲੇ ਜਵਾਕ ਆ ਜਿਹੜੇ ਕਈ ਵਾਰ ਬਹੁਤ ਇਹੋ ਜਿਹੇ ਹੁੰਦੇ ਨੇ ਵੀ ਕੁੱਟ ਖਾ ਕੇ ਜਾਂਦੇ ਨੇ ਭਾਵੇਂ ਉਹ ਮਾਂ ਤੋਂ ਖਾਣ ਭਾਵੇਂ ਉਹ ਪਿਓ ਤੋਂ ਖਾਣ ਤੁਹਾਡੇ ਵੇਲੇ ਸੀ ਇਹੋ ਜਿਹਾ ਨਹੀਂ ਬੋਲੀ ਹੁੰਦੀ ਜੀ ਮੈਂ ਤਾਂ ਦੇਖਿਆ ਜੀ ਉਦੋਂ ਕੋਈ ਉਹਦੇ ਮੈਂ ਅੱਜ ਵੀ ਕੰਮ ਕਰਨਾ ਔਖਾ ਜੀ। ਹਾਂ ਉਹ ਤਾਂ ਸਕੂਲ ਭੇਜਦੇ ਸੀ। ਹਾਂ ਸਕੂਲ ਭੇਜਦੇ ਹੁਣ ਤਾਂ ਤੁਸੀਂ ਐਂ ਲਾ ਲਓ ਨੌਵੀਂ ਤੱਕ ਫੇਲ ਪਾਸ ਹੀ ਫੇਲ ਨਹੀਂ ਕਰਦੇ ਨੌਵੀਂ ਤੱਕ ਫੇਲ ਹੀ ਨਹੀਂ ਕਰਦੇ ਫੇਲ ਨਹੀਂ ਕਰਦੇ। ਹਾਂ ਫੇਲ ਆ ਹੁਣ ਲੱਗੇ ਨੇ ਕਰਦੇ ਹੁਣ ਜੀ ਨਾ ਕਰਦੇ ਨਹੀਂ ਕਰਦੇ ਜੀ ਚੱਲੀ ਜਾਂਦਾ। ਹਾਂ ਨੌਵੀਂ ਤੱਕ ਵੀ ਨਹੀਂ ਕਰਦੇ ਸੀ ਪਹਿਲਾਂ ਉਹ ਫਿਰ ਕਰਦਾ ਨੌਵੀਂ ਤੱਕ ਤੋਂ ਬਾਅਦ ਪੰਜਵੀਂ ਤੱਕ ਆਉਂਦੇ ਆਉਂਦੇ ਕਈ ਕਈ ਸਾਲ ਲੱਗ ਜਾਂਦੇ ਸੀ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਸਾਲ ਤੱਕ ਆਮ ਗੱਲ ਸੀ। ਹਾਂਜੀ ਇਸ ਚੀਜ਼ ਨੂੰ ਕਿਵੇਂ ਚੰਗਾ ਮੰਨਦੇ ਹੋ ਜਾਂ ਮਾੜਾ ਮੰਨਦੇ ਹੋ ਜਿਹੜਾ ਅੱਠਵੀਂ ਤੱਕ ਕਹਿੰਦੇ ਫੇਲ ਹੀ ਨਹੀਂ ਕਰਨਾ ਮਾੜੀ ਗੱਲ ਹੈ ਜੀ ਗਾਹਾਂ ਕੀ ਲੱਗੂਗਾ ਆਪ ਸਹੀ ਲੱਗੂ ਫਿਰ ਉਹ ਨਹੀਂ ਲੱਗਦਾ ਉਹ ਤਾਂ ਬੱਚੇ ਨੂੰ ਸਵਾ ਉਹ ਕਰਨਾ ਬੇਕਾਰ ਹੋ ਜਾਂਦਾ ਉਹ ਜੇ ਉਹਦੀ ਪੜ੍ਹਾਈ ਨਹੀਂ ਹੋ ਰਹੀ ਹੁਸ਼ਿਆਰ ਨਹੀਂ ਹੈ ਪੜ੍ਹ ਨਹੀਂ ਜਾਣਦਾ ਉਹ ਗਾਹਾਂ ਕੀ ਕਰੂਗਾ ਉਹ ਤੁਸੀਂ ਇਹ ਲਾ ਲਓ ਉਹ ਸਾਡੀ ਜੰਚ ਹੋ ਗਈ ਕਣਕ ਹੋ ਗਈ ਜੀ ਜੀ ਹੋ ਗਈ ਮੇਰਾ ਆਰ ਟੀ ਆਈ ਨਾਲ ਪੰਜ ਮਿੰਟ ਦਾ ਹਿਸਾਬ ਆਉਂਦਾ ਅੱਛਾ ਪੰਜ ਮਿੰਟਾਂ ਦਾ ਲੱਖ ਦਾ ਹੋਵੇ ਦੋ ਲੱਖ ਦਾ ਹੋਵੇ ਚਾਰ ਦਾ ਹੋਵੇ ਪੰਜ ਦਾ ਹੋਵੇ ਪੰਜ ਮਿੰਟਾਂ ਦਾ ਹਿਸਾਬ ਆ ਮੇਰਾ ਜਾ ਕੇ ਮੈਨੂੰ ਮੈਂ ਪੁੱਛਿਆ ਮੈਂ ਬਾਗ ਜੂ ਹਾਂ ਦੱਸੋ ਬਤਾ ਕਰ ਮੈਂ ਆਪ ਦੱਸੂ ਵੀ ਇੰਨਾ ਵਿਆਜ ਬਣ ਗਿਆ ਜੀ ਇੰਨੀ ਰਕਮ ਮੈਂ ਕੋਈ ਸੀ ਉਹਨੇ ਗੱਲ ਨਹੀਂ ਹੋਰ ਕਰਨੀ ਕੋਈ ਪਹਿਲਾਂ ਜਦੋਂ ਸੀਰੀ ਆਉਂਦਾ ਸ਼ਗਲ ਦੇ ਜੀ ਇੱਕ ਸੀਰੀ ਦਾ ਦੋ ਸੀਰੀ ਹੋ ਗਏ ਸੋਲ੍ਹਵਾਂ ਹਿੱਸਾ ਹੋ ਗਿਆ ਹੈਂ ਪੰਦਰਵਾਂ ਸੋਲ੍ਹਵਾਂ ਹੋ ਗਿਆ ਨਾ ਸੀਰੀ ਦਾ ਹਾਂ ਮਤਲਬ ਦਾਣਿਆਂ 'ਚ ਅੱਜ ਕੱਲ੍ਹ ਦੇ ਜਵਾਕਾਂ ਨੂੰ ਕੱਢ ਕੇ ਦਿਖਾ ਦਿਓ ਵੀ ਸੋਲ੍ਹਵਾਂ ਹਿੱਸਾ ਕੱਢ ਕੇ ਦਿਖਾਈ ਜੋ ਵੀ ਕਹਿੰਦਾ ਬਣਦਾ ਦੋ ਸੀਰੀਆਂ ਦਾ ਉਹ ਕਹਿੰਦਾ ਸਾਨੂੰ ਤਾਂ ਪਤਾ ਨਹੀਂ ਕਿਵੇਂ ਨਿਕਲੂਗਾ ਜਾਂ ਮੋਬਾਈਲ ਜਾਂ ਕੈਲਕੂਲੇਟਰ ਜਾ ਕੇ ਖੜ ਜਾਂਦੇ ਨੇ ਹਾਂ ਨਿਕਲਦੇ ਨਹੀਂ ਪਤਾ ਨਹੀਂ ਸਾਨੂੰ ਵੀ ਕਿਵੇਂ ਕੱਢੀਏ ਕਿਵੇਂ ਕਿਵੇਂ ਨਿਕਲਦਾ ਸਾਨੂੰ ਵੀ ਦੱਸੋ ਫਿਰ ਇਹ ਆਏ ਦੱਸਦੇ ਮੈਂ ਤੁਹਾਨੂੰ ਲੱਖ ਦੀ ਪਰਸੇ ਹੋ ਗਈ ਲੱਖ ਦੀ ਹੋ ਗਈ ਸੋਲ੍ਹਵਾਂ ਸਰ ਸੋਲ੍ਹਾਂ ਦੇ ਉਹਨੂੰ ਵੰਡ ਦਿਓ ਲੱਖ ਨੂੰ ਲੱਖ ਨੂੰ ਜਿਹੜਾ ਵੰਡਿਆ ਗਿਆ ਆ ਗਿਆ ਉਹ ਸੋਲ੍ਹਵਾਂ ਸਾਲ ਦੇ ਦੂਜੇ ਨੂੰ ਪੰਦਰਵਾਂ ਮਤਲਬ ਬਰਾਬਰ ਹੋ ਜਾਊਗਾ ਅੱਛਾ ਉਹ ਤਾਂ ਸੌਖਾ ਹੀ ਆ ਸੌਖਾ ਹੀ ਆ ਰਕਮ ਗੁਣਾ ਦੇਣਾ ਵੀ ਇੰਨੇ ਦਿਨ ਹੋ ਗਏ ਆ ਰਕਮ ਨੂੰ ਦੇਣਾ ਗੁਣਾ 12% ਬਣਦੇ 36,000 ਵਿਆਜ ਆ ਜੂਗਾ।
ਆਹ ਜਿਹੜੀਆਂ ਆਹ ਗੱਲਾਂ ਨੇਗੀਆਂ ਸਾਡੇ ਬਜ਼ੁਰਗਾਂ ਕੋਲ ਜਿਹੜੀਆਂ ਇਹ ਸਾਂਭ ਰੱਖੀਆਂ ਨੇਗੀਆਂ, ਆਹ ਚੀਜ਼ਾਂ ਦੀ ਲੋੜ ਆ, ਤੇ ਕਿਉਂਕਿ ਜਿਹੜੇ ਹੁਣ ਸਾਡੇ ਵਰਗੇ ਨੇ ਹੋਰ ਰਕਮ ਗੁਣਾ ਦੇਣ, ਇਹ ਤਾਂ ਜ਼ਰੂਰੀ ਨੇ ਰਕਮ ਦੇ ਗੁਣਾ ਦੇਣ 15% ਜਿਹੜੇ ਆਹ ਫਾਰਮੂਲੇ ਸਾਡੇ ਬਜ਼ੁਰਗਾਂ ਨੇ ਜਿਹੜੇ ਹੈਗੇ ਇਹ ਉਂਗਲਾਂ ਦੇ ਕਹਿੰਦੇ ਪੋਟਿਆਂ ਦੇ ਉੱਤੇ ਰੱਟ ਰੱਖੇ ਰਕਮ ਗੁਣਾ ਦੇਣ 18% 18 ਮਤਲਬ 2.5 ਰੁਪਈਆ ਅੱਛਾ 18% ਅਤੇ ਵੰਡ 36,000 ਉਹਦਾ ਵਿਆਜ ਆ ਜਾਊਗਾ। ਬਹੁਤ ਵਧੀਆ ਬਾਪੂ। ਉਸ ਟਾਈਮ 'ਤੇ ਫੋਨ ਹੁੰਦੇ ਸੀ ਜਾਂ ਚਿੱਠੀਆਂ ਹੁੰਦੀਆਂ ਸੀ? ਚਿੱਠੀਆਂ ਹੁੰਦੀਆਂ ਜੀ, ਕਈ ਕਿਸੇ ਲਾ ਹੁੰਦੀਆਂ, ਉਦੋਂ ਫੋਨ ਕਿੱਥੇ ਸੀ? ਉਹ ਤਾਂ ਫਿਰ ਇਹ ਵੀ ਹੋਊਗਾ ਵੀ ਪਿੰਡ ਦੇ ਵਿੱਚ ਬਹੁਤ ਅਜਿਹੇ ਘਰ ਵੀ ਹੋਣਗੇ ਜਿਹੜੇ ਘੱਟ ਪੜ੍ਹੇ ਲਿਖੇ ਹੋਣਗੇ, ਜਿਹਨਾਂ ਨੂੰ ਚਿੱਠੀਆਂ ਨਹੀਂ ਪੜ੍ਹਦੀਆਂ, ਤੁਹਾਡੇ ਕੋਲ ਆਉਂਦੇ ਸੀ ਫਿਰ? ਹਾਂ ਪੜ੍ਹਾਉਂਦੇ ਵੀ ਜੇ। ਅੱਛਾ, ਜੇ ਪੰਜਾਬੀ 'ਚ ਹੁੰਦੀ ਪੜ੍ਹ ਲੈਂਦੇ। ਹੋਰ ਕਿਹੜੀ ਭਾਸ਼ਾ ਹੁੰਦੀ ਸੀ? ਹੋਰ ਭਾਸ਼ਾ ਤਾਂ ਨਹੀਂ ਪੜ੍ਹੀ ਖੜ੍ਹਾਂ, ਹਿੰਦੀ ਪੜ੍ਹੀ ਇੱਕਦਮ। ਹਾਂ, ਜਾਂ ਪੰਜਾਬੀ। ਪੰਜਾਬੀ ਤੋਂ ਬਿਨਾਂ ਕੋਈ ਹੋਰ ਭਾਸ਼ਾ ਹੁੰਦੀ ਸੀਗੀ? ਉਰਦੂ, ਉਰਦੂ ਤਾਂ ਪਹਿਲੇ ਹੁੰਦੇ ਵਾਗੇ ਦੇ। ਅੱਛਾ, ਉਰਦੂ ਵੀ ਹੁੰਦੇ ਪਹਿਲਾਂ, ਉਹ ਨਹੀਂ ਪੜ੍ਹਿਆ ਸੀ, ਉਦੋਂ ਹਿੰਦੀ। ਪੜ੍ਹਦਾ ਤਾਂ ਕਈ ਹੁੰਦੇ ਆ ਜੀ, ਇੱਕ ਹੋਰ ਖਾਣ ਕੀ ਕਹਿੰਦੇ ਹੁੰਦੇ ਸੀ, ਉਹ ਮੈਂ ਉਹਦਾ ਨਾਂ ਭੁੱਲ ਗਿਆ, ਪੜ੍ਹਦਾ ਕਈ ਸੀਆਂ। ਅੱਛਾ, ਜਾਂ ਅੰਗਰੇਜ਼ੀ ਬਸ, ਜਾਂ ਪੰਜਾਬੀ, ਜਾਂ ਹਿੰਦੀ, ਇਹ ਚੀਜ਼ਾਂ। ਜਿਹੜਾ ਜਿਹੜਾ ਤੁਹਾਡੇ ਵਾਲਾ ਸਮਾਂ ਹੈਗਾ, ਜਿਵੇਂ ਤੁਸੀਂ ਦੱਸਦੇ ਹੋ ਕਹਿੰਦੇ ਵੀ ਉਦੋਂ ਖੇਤੀ ਔਖੀ ਹੁੰਦੀ ਸੀ, ਹੈ ਨਾ, ਅਤੇ ਉਹਦਾ ਸਮਾਂ ਇੱਜ਼ਤਾਂ ਦਾ ਪ੍ਰਤੀ ਦੇਖੀਏ ਜਾਂ ਹਾਸੀ ਮਜ਼ਾਕ ਦੇਖੀਏ, ਉਦੋਂ ਉਸ ਟਾਈਮ ਦਾ ਚੰਗਾ ਸੀ? ਚੰਗਾ, ਉਹ ਚੰਗਾ ਸੀ, ਬਹੁਤ ਵਧੀਆ ਜੀ। ਧੀਆਂ ਪਾਣੇ ਜਾਂਦੇ, ਮੱਕੀ ਚੁੰਗਣ ਲੱਗ ਜਾਂਦੇ, ਨਰਮੇ ਚੁੰਗਣ, ਸਮਝੋ 25-30 ਜਣੀਆਂ ਨਰਮਾ ਚੁੰਗਣ ਜਾਂਦੀਆਂ, ਘਰੇ ਜਾ ਕੇ ਰੋਟੀ, ਘਰੇ ਸਾਡੀ ਰੋਟੀ ਰੋਟੀ ਪਕਦੀ, ਰੋਟੀ ਬੁੜੀ ਲੈ ਕੇ ਜਾਂਦੀ। ਹੁਣ ਤਾਂ 2 ਜਣੇ ਰੋਟੀ ਪਕਾ ਸਕਦੀਆਂ, ਰੋਟੀ ਦਾ ਹੋਰ ਖੂਹ ਹੁੰਦੇ ਸੀ ਉਦੋਂ ਚੱਲਦੇ ਖੂਹ? ਹਾਂ, ਉਹ ਵੀ ਦੱਸ ਦੇਵਾਂ ਤੁਹਾਨੂੰ, ਸਾਡੇ ਇੱਕ ਕੋਈ ਚ ਪਹਿਲਾਂ ਖੇਤ ਹੈਗੀ ਹੈ, ਹੁਣ ਵੀ ਹੈਗੀ ਹੈ। ਅੱਛਾ, ਖੂਹ ਵੀ ਹੈਗਾ ਉਹਦੇ ਚੰਡਾ ਦੀਆਂ, ਉਹਦੇ ਕਹਿ ਨਹੀਂ ਹੁੰਦਾ ਉਹ ਟਨ ਟਨ ਗਾ ਕੁੱਟਾ ਜਾ, ਉਹਦੇ ਵਿੱਚ ਅਸੀਂ ਡੰਡਾ ਫਸਾ ਤਾ, ਹਿੱਸਾ ਇਕੱਠੇ ਹੋ ਗਏ ਸੀ, ਕੱਪੜੇ ਲਾ ਲਏ, ਕੱਪੜੇ ਲਾ ਲਏ, ਨਵੀਂ ਗਾਲ ਖਾ ਲਈ ਅਸੀਂ ਵੀ ਜਿਹੜਾ ਮਨ 'ਤੇ ਖੜ ਕੇ ਛਾਲ ਨਹੀਂ ਮਾਰੂਗਾ। ਕੋਈ ਨਾ ਮਾਰੇ, ਪਰ ਸਾਲ ਮੈਂ ਮਾਰੇ। ਅੱਛਾ, ਮੈਂ ਮਾਰੀ, ਮੈਂ ਮਤਲਬ ਲੱਤਾਂ 'ਚ ਚੌੜੀਆਂ ਕਰਕੇ ਥੋੜ੍ਹਾ ਤਾਂ ਹੀ ਰਹਿ ਗਿਆ, ਫਿਰ ਟੰਡਾ ਥਾਣੇ ਆ ਗਿਆ ਮੈਂ, ਫਿਰ ਦੂਏ ਨੇ ਮਾਰੀ, ਤੀਏ ਨੇ ਮਾਰੀ, 4-5 ਮਾਰੀ, ਇੱਕ ਬੰਦਾ ਰਹਿ ਗਿਆ, ਲੈ ਵੀ ਹੁਣ ਤੂੰ ਰਹਿ ਗਿਆ, ਮੈਂ ਤੈਨੂੰ ਗਾਲ ਲੱਗੂਗੀ। ਉਹਨੂੰ ਹਿਸਾਬ ਨਹੀਂ ਸੀ, ਉਹਨਾਂ ਦੀ ਲੱਤਾਂ ਕਰੀਆਂ ਇਕੱਠੀਆਂ, ਉਹਦਾ ਸੂਈ ਵਾਂਗੂ ਛਾਲ ਸੂਈ ਜਿਹੜੀ ਮਾਰੀ, ਥੱਲੇ ਵੱਗ ਗਿਆ, ਥੱਲੇ ਵੱਗ ਗਿਆ, ਬੁਲਬਲ ਉੱਠੇ ਜਾਣ, ਹਾਂ, ਫਿਰ ਹੋ ਗਿਆ ਆਂ ਜੇ ਕਰਦਾ, ਫਿਰ ਉਹਨੇ ਮਸਾਂ ਡੰਡਾ ਫੜੀਆਂ, ਫਿਰ ਆਇਆ ਮੁੜ ਕੇ ਉਹਦਾ ਮੈਰਿਜ ਬਣਦਾ, ਅਸੀਂ ਫਿਰ ਸਾਰੇ ਛਾਲਾਂ ਮਾਰ ਕੇ ਨਹਾਉਂਦੇ ਰਹੇ,
ਹੁਣ ਤਾਂ ਖੂਹ ਬੰਦ ਕਰਤੇ ਉੱਤੋਂ ਲਿਪ ਤੇ। ਹਾਂ ਬੰਦ ਕਰਤੇ ਅਸੀਂ ਇੱਟਣੀ ਛਿੜੀ ਜੀ ਤੱਕ ਉਹਦੀ ਮਿੱਟੀ ਦਾ ਭਰਿਆ ਪਿਆ ਪਰ ਇੱਟਣੀ ਛਿੜੀ ਮਿੱਟੀ ਦਾ ਕਿਉਂ ਭਰਤਾ ਭਰਤਾ ਵੀ ਡਿੱਗਣਾ ਪਵੇ ਕੋਈ ਚੀਜ਼ ਕੋਈ ਚੱਲ ਲਾਉਣ ਦੀ ਲੋੜ ਨਹੀਂ ਪੈਂਦੀ ਉਹਦੀ। ਜਦੋਂ ਉਹਦੇ ਵਿੱਚ ਮਿੱਟੀ ਪਾਈ ਹੈਗੀ ਉਦੋਂ ਉਹ ਸੁੱਕਾ ਸੀ ਜਾਂ ਮਤਲਬ ਪਾਣੀ ਹੈਗਾ ਸੀ ਉਹਦੇ ਪਾਣੀ ਹੈਗਾ ਸੀ ਅੱਛਾ ਪਾਣੀ ਤਾਂ ਉੱਟੀ ਆ ਗਿਆ ਸੀ ਜਦੋਂ ਪਰ ਜਦੋਂ ਲਾਏ ਨੇ ਸੱਤਰ ਫੁੱਟ 'ਤੇ ਲਾਏ ਨੇ ਚੱਕ ਡਿੱਗਿਆ ਜਦੋਂ ਪਹਿਲੀ ਵਾਰ ਪੱਟਿਆ ਗਿਆ ਹਾਂ ਉਦੋਂ ਖੂਹ ਵੀ ਐਂ ਲਾਉਂਦੇ ਸੀ ਸਮਝ ਉਹ ਐਂ ਉੱਚੀ ਪੈਰ ਬਣਾ ਲੈਂਦੇ ਝਿਰ ਲਾਉਂਦਾ ਹੁੰਦਾ ਉਹ ਚੱਕ ਡੇਗ ਕੇ ਵਿੱਚ ਉਹ ਥੱਲਿਓਂ ਬਲਿਸਟੀ ਕੱਢੀ ਜਾਂਦਾ ਉਹ ਹੌਲੀ ਹੌਲੀ ਫਿਰ ਥੱਲੇ ਜਾਈ ਜਾਂਦਾ ਉੱਤੇ ਚਣੇ ਹੀ ਕਰ ਲੈਂਦੇ ਜਿਹੜੇ ਹੁੰਦੇ ਨਾ ਲਾਟੂ ਜੇ ਸਾਹਲ ਇਹ ਅੰਦਰਲੇ ਪਾਸੇ ਬੰਨੇ ਹੁੰਦੇ ਹਾਂ ਚਾਰ ਪੰਜ ਇੱਧਰ ਚਾਰ ਪੰਜ ਇੱਧਰ ਜਿਹੜੇ ਪਾਸੇ ਉਹ ਲਾਟੂ ਆ ਟੇਢੇ ਹੋ ਜਾਂਦੇ ਫਿਰ ਦੂਏ ਪਾਸੇ ਮਿੱਟੀ ਕਿਹੜੇ ਲੱਗ ਜਾਂਦਾ ਉਹ ਲਾਟੂਆਂ ਦੇ ਹਿਸਾਬ ਨਾਲ ਉਹ ਮਿੱਟੀ ਕਰਦਾ ਨਹੀਂ ਤਾਂ ਫਿਰ ਉਹ ਡਿੱਗ ਪੈਂਦਾ ਉਹ ਵੀ ਦੇਖਿਆ ਹੋਇਆ ਲੱਗਦਾ ਲੱਗਦਾ ਨੇ ਬਹੁਤ ਕੁਛ ਪਿੱਛੇ ਰਹਿ ਗਿਆ ਹੁਣ ਤਾਂ ਜੀ ਸਰਦਾਰੀ ਦਾ ਜਾ ਕੇ ਮੋਟਰ ਪਾਓ ਵਧਾਉਂਦਾ ਅਤੇ ਡੂੰਘੇ ਬਰਮੇ ਬਰਮੇ ਬੋਲ ਹੁੰਦੇ ਨੇ ਹੁਣ ਤਾਂ ਲੋੜ ਹੀ ਨਹੀਂ ਹੁਣ ਤਾਂ ਸਰਦਾਰੀ ਹੈ ਸੁੱਚ ਛੱਡ ਕੇ ਆਉਣੀ ਹੈ ਬਈਆ ਆਪੀ ਚੱਲ ਪਊ ਹਾਂਜੀ ਹੁਣ ਤਾਂ ਬਈਆ ਵੀ ਆਪੀ ਚੱਲ ਪੈਂਦਾ ਹਾਂ ਬਈ ਹਾਂ ਐਟੋਮੈਟਿਕ ਉਹ ਵੀ ਆਪੀ ਚੱਲ ਪੈਂਦਾ ਬਹੁਤ ਸਰਦਾਰੀ ਹੈ ਉਹ ਖਾਈ ਬਹੁਤ ਘੱਟੀ ਹੈ ਜੀ ਬਸ ਪਰ ਉਦੋਂ ਖੁਰਾਕ ਬੜੀ ਸੌਖੇ ਜਦੋਂ ਤਾਕਤਾਰੀ ਖੁਰਾਕ ਸੀ ਹੁਣ ਨਹੀਂ ਹੈਗੀ ਉਹ ਚੀਜ਼ ਖਰਾ ਉਹੀ ਆਪਾਂ ਜਿਵੇਂ ਪਹਿਲਾਂ ਗੱਲ ਕਰਕੇ ਹਟਿਆ ਵੀ ਖੁਰਾਕਾਂ ਨੇਗੀਆਂ ਜਿੱਦਾਂ ਪੱਖੋਂ ਸੀ ਪਰਿਵਾਰ ਸੀਗੇ ਵੱਡੇ ਸੀਗੇ ਉਹਨਾਂ ਚੀਜ਼ਾਂ ਨੂੰ ਦੇਖ ਕੇ ਐਂ ਲੱਗਦਾ ਵੀ ਉਹ ਸਮਾਂ ਚੰਗਾ ਸੀ ਪਰ ਜੇ ਕੰਮ ਧੰਦੇ ਨੂੰ ਕਰਕੇ ਦੇਖੀਏ ਉਹ ਚੀਜ਼ ਪਾਸੇ ਤਾਂ ਉਹ ਸਮਾਂ ਥੋੜ੍ਹਾ ਮਾੜਾ ਸੀ ਔਖਾ ਸੀ ਔਖਾ ਜੀ ਉਹਦੇ ਕੀ ਗੱਲ ਵੀ ਜੇ ਹੁਣ ਜੇ ਦਸ ਵੀਹ ਮਨ ਦਾਣੇ ਹੋ ਗਏ ਕਣਕ ਹੋ ਗਈ ਤਾਂ ਬੜੇ ਉਗਲੇ ਹੁੰਦੇ ਬਾਹਰ ਉੱਥੇ ਪੰਜ ਸੱਤ ਮਾਲ ਲੈ ਜਾਂਦੇ ਸ਼ਹਿਰ 'ਚ ਹੁਣ ਤਾਂ ਹਜ਼ਾਰਾਂ ਮਨ ਵਗ ਜਾਂਦੀ ਹੈ ਹਾਂਜੀ ਉਦੋਂ ਲੱਖ ਨੂੰ ਕੌਣ ਜਾਣਦਾ ਸੀ ਵੀ ਲੱਖ ਰੁਪਈਆ ਹੋਇਆ ਹੁਣ ਹੁਣ ਤਾਂ ਕਰੋੜਾਂ ਦੇ ਲੱਖਾਂ ਦੇ ਦਿੰਦਾ ਖਰਚਾ ਵੱਧ ਆਉਂਦਾ ਪਰ ਹੁਣ ਖਰਚਾ ਵਧੇਰਾ ਆਉਂਦਾ ਉਦੋਂ ਖਰਚਾ ਨਹੀਂ ਜਾਂਦਾ ਜੀ ਕਣਕ ਬੀਜਤੀ ਪਾਣੀ ਲਾਤਾ ਚੱਲ ਕੋਈ ਖਰਚਾ ਨਹੀਂ ਬੈਠਿਆ ਨਹੀਂ ਕੋਈ ਵੇਲ ਹੀ ਨਹੀਂ ਲੱਗਦਾ ਜੀ ਹੁਣ ਤਾਂ ਵੇਲ ਵੀ ਲੱਗ ਜਾਂਦਾ ਨਾ ਪੁੰਗੀ ਲੱਗ ਗਈ ਚੀਜ਼ ਲੱਗ ਗਈ ਹੁਣ ਕਬੱਡੀ ਵੀ ਖੇਡਦੇ ਰਹੇ ਜੀ ਤੁਸੀਂ ਖੇਡਦੇ ਰਹੇ ਹੋ ਖੇਡਦੇ ਰਹੇ ਮੁੰਡੇ ਇਕੱਠੇ ਵਾਲ ਕੇ ਰਾਤ ਨੂੰ ਹੱਥਨੇ ਚੰਨ ਚਣੀ ਰਾਤ 'ਚ ਖੇਡ ਲੈਂਦੇ ਬਾਹਰ ਵੀ ਜਾਂਦੇ ਸੀ ਨਾ ਬਾਹਰ ਨਹੀਂ ਜਾਂਦੇ ਇੱਥੇ ਹੀ ਖੇਡ ਲੈਂਦੇ ਪਿੰਡਾਂ ਜੀ ਪਿੰਡ 'ਚ ਸ਼ੌਂਕ ਵਜੇ ਉਹ ਕਿਹੜਾ ਨੰਬਰ ਗਿਣਦੇ ਤੇ ਫਿਰ ਐਵੇਂ ਚੱਲ ਪਈ ਠੀਕ ਆ ਜਿਹੜਾ ਤੱਕ ਫਲਾਂ ਦਾ ਜਿਹੜਾ ਮਾੜਾ ਹੁੰਦਾ ਨਿਕਲ ਜਾਂਦਾ ਬਸ ਉਦੋਂ ਆਹ ਚੀਜ਼ਾਂ ਹੁੰਦੀਆਂ ਪੈਸਾ ਵਾਲਾ ਕੰਮ ਨਹੀਂ ਪਿੰਡ ਬੱਛੂਆਣਾ ਜ਼ਿਲ੍ਹਾ ਮਾਨਸਾ ਦੇ ਵਿੱਚ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਆਪਣੇ ਸਮਿਆਂ ਦੀਆਂ ਪੁਰਾਣੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇਗੀਆਂ ਵਿਆਹ ਸ਼ਾਦੀ ਕਿਸ ਤਰ੍ਹਾਂ ਹੁੰਦੇ ਸੀਗੇ ਹਾਸੀ ਮਜ਼ਾਕ ਕਿਸ ਤਰ੍ਹਾਂ ਹੁੰਦੇ ਸੀਗੇ
ਤੁਹਾਡੇ ਨਾਲ ਸਾਂਝੇ ਕੀਤੇ ਨੇ। ਅਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸਿਰਲੇਖ ਸਾਥ ਦੇ ਨਾਲ।